ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਇੱਕ ਵਾਰੀ ਫਿਰ ਤੁਹਾਡੇ ਆਪਣੇ YouTube ਚੈਨਲ ਪੀਐਸਟੱਡ ਸਟੱਡੀ ਨੋਟਸ ਤੇ ਪਰ ਜੀ ਸੋ ਮਾਸਟਰ ਕਾਰਡਰ ਐਸਐਸਟੀ ਦੀ ਤਿਆਰੀ ਕਰ ਰਹੇ ਵਿਦਿਆਰਥੀ ਜਿਨ੍ਹਾਂ ਨੇ ਹਿਸਟਰੀ ਚੂਜ਼ ਕੀਤਾ ਜੀ ਉਹਨਾਂ ਵਾਸਤੇ ਅੱਜ ਆਪਾਂ ਲੈਸਨ ਨੰਬਰ 11 ਦੇ ਵਿੱਚ ਗੁਪਤ ਸ਼ਾਸਨ ਪ੍ਰਬੰਧ ਉਹਨਾਂ ਦੇ ਧਾਰਮਿਕ ਆਰਥਿਕ ਤੇ ਸਮਾਜਿਕ ਤੇ ਕਲਾ ਦੇ ਨਾਲ ਰਿਲੇਟਡ ਇੰਪੋਰਟੈਂਟ 50 MCQ ਡਿਸਕਸ ਕਰਾਂਗੇ ਇਸ ਤੋਂ ਪਹਿਲਾਂ ਆਪਾਂ 60 MCQ ਡਿਸਕਸ ਕਰ ਚੁੱਕੇ ਹਾਂ ਜੀ ਗੁਪਤ ਸ਼ਾਸਨ ਦੇ ਵਿੱਚ ਜਿਹੜਾ ਹੈ ਚੰਦਰਗੁਪਤ ਔਰ ਸਮੁੰਦਰ ਗੁਪਤ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਉਹ ਡਿਸਕਸ ਕਰ ਚੁੱਕੇ ਆ ਜੀ ਇਸ ਤੋਂ ਪਹਿਲਾਂ 10 ਲੈਸਨਾਂ ਦੇ ਵਿੱਚ ਆਪਾਂ ਜਿੰਨਾ ਵੀ ਸਿਲੇਬਸ ਹੈ ਜੀ ਹਿਸਟਰੀ ਆਫ ਇੰਡੀਆ ਦਾ ਡਿਟੇਲ ਦੇ ਵਿੱਚ ਡਿਸਕਸ ਕਰ ਚੁੱਕੇ ਆ ਔਰ ਹਿਸਟਰੀ ਆਫ ਪੰਜਾਬ ਪੂਰੀ ਆਪਣੀ ਕੰਪਲੀਟ ਹੈ 15 ਲੈਸਨ ਨੇ ਸੋ ਉਹਨਾਂ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਊਗਾ ਜਿਹੜੀਆਂ 10 ਵੀਡੀਓਜ਼ ਤੋਂ ਪਹਿਲਾਂ ਅਪਲੋਡ ਨੇ ਉਹਨਾਂ ਦਾ ਲਿੰਕ ਵੀ ਮਿਲ ਜਾਊਗਾ ਔਰ ਵੀਡੀਓ ਦੇ ਅੰਤ ਦੇ ਵਿੱਚ ਵੀ ਪਲੇਲਿਸਟ ਜਿਹੜੀ ਸ਼ੋ ਹੋ ਜਾਈਗੀ ਜਿਸ ਦੀ ਹੈਲਪ ਦੇ ਨਾਲ ਤੁਸੀਂ ਆਪਣੀ ਜਿਹੜੀ ਤਿਆਰੀ ਉਹ ਕਰ ਸਕਦੇ ਹੋ ਔਰ ਇਸ ਤੋਂ ਇਲਾਵਾ ਸਵਿਖਸ ਦੀਆ ਵੀ ਅਲੱਗ-ਪਗ ਜਿਹੜਾ ਸਿਲੇਬਸ ਹੈ ਕਵਰ ਹੋ ਚੁੱਕਾ ਜੇਕਰ ਤੁਸੀਂ 6th ਚੂਜ਼ ਕੀਤਾ ਹੈ ਹਿਸਟਰੀ ਦੇ ਨਾਲ ਤਾਂ ਉਸ ਦੀਆਂ ਵੀਡੀਓ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ 'ਚ ਮਿਲ ਜਾਊਗਾ ਵੀਡੀਓ ਦੇ ਅੰਤ ਵਿੱਚ ਜਿਹੜੀ ਪਲੇਲਿਸਟ ਹੈ ਉਹ ਸ਼ੋ ਹੋ ਜਾਏਗੀ ਜੀ ਸੋ ਅੱਜ ਦੀ ਵੀਡੀਓ ਜਿਹੜੀ ਹੈ ਉਹ ਸਟਾਰਟ ਕਰਦੇ ਆ ਜੀ ਗੁਪਤ ਸ਼ਾਸਨ ਪ੍ਰਬੰਧ ਉਹਨਾਂ ਦੇ ਧਾਰਮਿਕ ਆਰਥਿਕ ਸਮਾਜਿਕ ਤੇ ਕਲਾ ਦੇ ਨਾਲ ਰਿਲੇਟਡ ਜਿਹੜੇ ਕੁਐਸਚਨ ਨੇ ਉਹ ਕਰਾਂਗੇ ਜੀ ਫਰਸਟ ਕੁਐਸਚਨ ਹੈ ਜਿਸ ਦੇ ਵਿੱਚ ਆਪਣਾ ਕਿਸ ਚੀਨੀ ਯਾਤਰੀ ਨੇ ਚੰਦਰਗੁਪਤ ਦੂਜੇ ਦੇ ਸ਼ਾਸਨ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਹੈ ਜੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ ਆਪਸ਼ਨ B ਫਾਹੀ ਯਾਨ ਜੋ ਕਿ ਚੀਨੀ ਯਾਤਰੀ ਸੀ ਜੀ 5ਵੀਂ ਸਤਾਪਦੀ ਦੇ ਵਿੱਚ ਗੁਪਤ ਨਰੇਸ਼ ਜਿਹੜੇ ਸੀਗੇ ਚੰਦਰਗੁਪਤ ਦੂਜੇ ਜੀ ਉਹਨਾਂ ਦੇ ਸ਼ਾਸਨ ਕਾਲ ਦੇ ਵਿੱਚ ਭਾਰਤ ਆਇਆ ਸੀ ਆਪਾਂ ਡਿਸਕਸ ਕਰ ਚੁੱਕੇ ਹਾਂ ਔਰ ਉਹਨਾਂ ਦੀ ਪ੍ਰਸਿੱਧ ਪੁਸਤਕ ਸੀ ਜੀ ਫੋ ਕਿਉ ਕੀ ਫੋ ਕਿਉ ਕੀ ਉਹਨਾਂ ਦੀ ਜਿਹੜੀ ਪ੍ਰਸਿੱਧ ਪੁਸਤਕ ਸੀ ਜੀ ਔਰ ਚੀਨੀ ਯਾਤਰੀ ਜਾਂ ਹੋਰ ਜਿਹੜੇ ਯਾਤਰੀ ਆਏ ਨੇ ਉਸ ਤੇ ਨਾਲ ਰਿਲੇਟਡ ਇੱਕ ਵੀਡੀਓ ਵੀ ਅਪਲੋਡ ਹੈ ਜੀ ਉਹ ਵੀ ਤੁਸੀਂ ਦੇਖ ਸਕਦੇ ਹੋ ਚੀਨੀ ਯਾਤਰੀਆਂ ਦੀ ਗੱਲ ਕਰੀਏ ਤਾਂ ਦੋ ਹੋਰ ਇੰਪੋਰਟੈਂਟ ਨੇ ਹਿਊਨ ਸੰਗ ਤੇ ਇਤ ਸਿੰਘ ਜੀ ਸੋ ਉਹ ਵੀ ਆਪਾਂ ਡਿਸਕਸ ਕੀਤੇ ਹੋਏ ਨੇ ਉਸ ਦੇ ਲਈ ਤੁਸੀਂ ਪਹਿਲੀ ਇਹ ਵੀਡੀਓ ਦੇਖ ਲਓ ਜੀ ਫਾਹੀਯਾਨ ਨੇ ਜਿਹੜੀ ਹੈ ਚੰਦਰਗੁਪਤ ਦੂਜੇ ਦੇ ਜਿਹੜੀ ਹੈ ਸ਼ਾਸਨ ਪ੍ਰਬੰਧ ਦੀ ਪ੍ਰਸ਼ੰਸਾ ਕੀਤੀ ਹੈ ਜੀ ਸੋ ਕੁਐਸਚਨ ਆ ਜਾਂਦਾ ਕਿ ਚੰਦਰਗੁਪਤ ਦੂਜੇ ਦਾ ਸਮਕਾਲੀ ਜਿਹੜਾ ਹੈ ਕਿਹੜਾ ਚੀਨੀ ਯਾਤਰੀ ਸੀ ਤਾਂ ਆਨਸਰ ਆਊਗਾ ਜੀ ਫਾਹੀਯਾਨ ਜੀ ਇਦਾਂ ਦੇ ਜਿਹੜੇ ਕੁਐਸਚਨ ਆ ਜਾਂਦੇ ਜੀ ਨੈਕਸਟ ਕੁਐਸਚਨ ਨੰਬਰ 2 ਹੈ ਜੀ ਗੁਪਤ ਸਾਮਰਾਜ ਸਮੇਂ ਪ੍ਰਾਂਤ ਨੂੰ ਕਿਹਾ ਜਾਂਦਾ ਸੀ অপਸ਼ਨ ਏ ਹੈ ਜੀ ਦੇਸ਼ ਬੀ ਹੈ ਜੀ ਭੁਗਤੀ ਸੀ ਹੈ ਜੀ ਅਤੇ ਬੀ ਦੋਨੋਂ ਡੀ ਹੈ ਜੀ ਕੋਈ ਨਹੀਂ ਸੋ ਗੁਪਤ ਸਾਮਰਾਜ ਆਪਾਂ ਨੂੰ ਪਤਾ ਕਾਫੀ ਵਿਸ਼ਾਲ ਸੀ ਜੀ ਸੋ ਉਹਨਾਂ ਨੇ ਜਿਹੜਾ ਹੈ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਆਪਾਂ ਇਹਨੇ ਸਾਮਰਾਜ ਨੂੰ ਵੰਡਿਆ ਹੋਇਆ ਸੀ ਪ੍ਰਾਂਤਾਂ ਦੀ ਗਿਣਤੀ ਦਾ ਭਾਵੇਂ ਨਿਸ਼ਚਿਤ ਜਾਣਕਾਰੀ ਨਹੀਂ ਬਟ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ ਸੀ ਉਹ ਦੇਸ਼ ਜਾਂ ਭੁਗਤੀ ਜਿਹੜਾ ਕਿਹਾ ਜਾਂਦਾ ਸੀ ਆਪਸ਼ਨ ਸੀ ਜਿਹੜਾ ਸਹੀ ਆਨਸਰ ਆਏਗਾ ਜੀ ਕੁਐਸਚਨ ਨੰਬਰ ਕਿੰਨਾ ਹੈ ਜੀ ਗੁਪਤ ਸ਼ਾਸਕਾਂ ਨੇ ਕਿਸ ਉਪਾਦੀ ਦਾ ਤਿਆਗ ਕੀਤਾ ਆਪਸ਼ਨ A ਜੀ ਸਮਰਾਟ B ਹੈ ਜੀ ਚੱਕਰਵਰਤੀ C ਹੈ ਰਾਜਨ D ਹੈ ਜੀ ਇਕਾਧਕਾਰ ਤਾਂ ਇਸ ਦਾ ਸਹੀ ਆਨਸਰ ਆਏਗਾ ਜੀ অপਸ਼ਨ ਸੀ ਜੀ ਸੋ ਰਾਜਨ ਦੀ ਉਪਾਧੀ ਤਿਆਗ ਕੇ ਗੁਪਤ ਸਮਰਾਟ ਨੇ ਜਿਹੜੀ ਹੈ ਪ੍ਰਿਥਵੀਪਾਲ ਪਰਮੇਸ਼ਵਰ ਇਕਾ ਤਿਰਾਜ ਸੋ ਇਦਾਂ ਦੀਆਂ ਜਿਹੜੀਆਂ ਉਪਾਧੀਆਂ ਧਾਰਨ ਕੀਤੀਆਂ ਸੀ ਔਰ ਇਸ ਤੋਂ ਇਲਾਵਾ ਜਿਹੜਾ ਹੈ ਸਮਰਾਟ ਚੱਕਰਵਰਤੀ ਸੋ ਇਹ ਜਿਹੜੀਆਂ ਉਪਾਧੀਆਂ ਇਹਨਾਂ ਨੇ ਪਦਵੀਆਂ ਜਿਹੜੀਆਂ ਨੇ ਧਾਰਨ ਕੀਤੀਆਂ ਸੀ ਰਾਜਨ ਦੀ ਉਪਾਧੀ ਤਿਆਗ ਕੇ ਕੁਐਸਚਨ ਨੰਬਰ 4 ਹੈ ਜੀ ਸਮਰਾਟ ਤੋਂ ਬਾਅਦ ਦੂਜਾ ਦਰਜਾ ਹੁੰਦਾ ਸੀ ਤਾਂ ਸਮਰਾਟ ਤੋਂ ਬਾਅਦ ਜਿਹੜਾ ਦੂਜਾ ਦਰਜਾ ਹੁੰਦਾ ਸੀ ਉਹ ਆਪਸ਼ਨ ਸੀ ਹੈ ਜੀ ਯੁਵਰਾਜ ਦਾ ਹੁੰਦਾ ਸੀ ਜੀ ਦੂਜੇ ਸਥਾਨ ਤੇ ਔਰ ਯੁਵਰਾਜ ਜਿਹੜਾ ਆਮ ਤੌਰ ਤੇ ਸਮਰਾਟ ਜਿਹੜਾ ਆਪਣੇ ਵੱਡੇ ਪੁੱਤਰ ਨੂੰ ਨਾਮਜਤ ਕਰਦਾ ਸੀ ਤੇ ਉਸ ਨੂੰ ਸ਼ਾਸਨ ਪ੍ਰਬੰਧ ਸੰਬੰਧੀ ਜਿਹੜੇ ਮਹੱਤਵਪੂਰਨ ਕੰਮ ਸੌਂਪੇ ਜਾਂਦੇ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 5 ਗੁਪਤ ਕਾਲ ਵਿੱਚ ਵਿਦੇਸ਼ੀ ਮਾਮਲਿਆਂ ਦਾ ਮੰਤਰੀ ਹੁੰਦਾ ਸੀ ਜੀ ਜਾਂ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਕੀ ਕਿਹਾ ਜਾਂਦਾ ਸੀ ਤਾਂ ਆਨਸਰ ਆਏਗਾ ਜੀ ਆਪਸ਼ਨ ਸੀ ਜੀ ਮਹਾ ਸੰਧੀ ਵਿਗ੍ਰਹਿਕ ਜਿਵੇਂ ਕਿ ਸੰਧੀ ਸ਼ਬਦ ਆ ਗਿਆ ਵਿੱਚ ਇਸ ਤੋਂ ਆਪਾਂ ਯਾਦ ਰੱਖ ਸਕਦੇ ਹਾਂ ਕਿ ਸੰਧੀਆਂ ਜਿਹੜੀਆਂ ਨੇ ਦੂਜੇ ਦੇਸ਼ਾਂ ਦੇ ਨਾਲ ਹੁੰਦੀਆਂ ਨੇ ਔਰ ਸੰਧੀ ਜਿਹੜੀ ਹੈ ਇਸ ਸ਼ਬਦ ਤੋਂ ਆਪਾਂ ਥੋੜਾ ਜਿਹਾ ਕੋਰਿਲੇਟ ਕਰ ਲੈਣਾ ਸੰਧੀ ਸ਼ਬਦ ਨੂੰ ਔਰ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਨੂੰ ਜਿਹੜਾ ਹੈ ਮਹਾ ਸੰਧੀ ਵਿਗ੍ਰਹਿਕ ਕਿਹਾ ਜਾਂਦਾ ਸੀ ਔਰ ਪ੍ਰਧਾਨ ਮੰਤਰੀ ਜਿਹੜਾ ਹੈ ਉਹ ਜਿਹੜਾ ਸਿਵਲ ਸ਼ਾਸਨ ਹੁੰਦਾ ਸੀ ਉਸ ਪ੍ਰਬੰਧ ਦਾ ਜਿਹੜਾ ਮੁਖੀਆ ਹੁੰਦਾ ਸੀ ਉਸ ਨੂੰ ਪ੍ਰਧਾਨ ਮੰਤਰੀ ਜਾਂ ਉਸ ਨੂੰ ਜਿਹੜਾ ਹੈ ਮੰਤਰੀ ਕਿਹਾ ਜਾਂਦਾ ਸੀ ਉਹ ਪ੍ਰਸ਼ਾਸਨ ਦੇ ਸਾਰੇ ਭਾਗਾਂ ਦੀ ਜਿਹੜੀ ਦੇਖਪਾਲ ਕਰਦਾ ਸੀ ਤੇ ਸਮਰਾਟ ਨੂੰ ਮਹੱਤਵਪੂਰਨ ਪ੍ਰਸ਼ਾਸਨਿਕ ਮਾਮਲਿਆਂ ਦੀ ਸਲਾਹ ਦਿੰਦਾ ਸੀ ਤੀਜਾ ਸਥਾਨ ਹੁੰਦਾ ਸੀ ਜੀ ਪ੍ਰਧਾਨ ਮੰਤਰੀ ਜਾਂ ਆਪਾਂ ਕਹਿ ਸਕਦੇ ਆ ਕਿ ਮੰਤਰੀ ਦਾ ਜੀ ਔਰ ਮਹਾ ਦੂਸਰਾ ਹੈ ਜਿਵੇਂ ਮਹਾ ਬੱਦੀਕ੍ਰਿਤ ਮਹਾ ਬੱਦੀਕ੍ਰਿਤ ਜਿਹੜਾ ਹੈ ਮੁੱਖ ਸੈਨਾਪਤੀ ਹੁੰਦਾ ਸੀ ਜੀ ਮੁੱਖ ਸੈਨਾਪਤੀ ਨੂੰ ਕੀ ਕਿਹਾ ਜਾਂਦਾ ਸੀ ਮਹਾ ਬੱਦੀਕ੍ਰਿਤ ਪ੍ਰਸ਼ੇਤਰਾ ਮਹਾਪ੍ਰਤੀਹਾਰ ਜਿਹੜਾ ਹੈ ਉਹ ਸ਼ਾਹੀ ਮਹਿਲ ਦੇ ਜਿਹੜੇ ਮਾਮਲੇ ਹੁੰਦੇ ਸੀ ਉਹਨਾਂ ਦਾ ਮੰਤਰੀ ਹੁੰਦਾ ਸੀ ਔਰ ਰਾਜ ਮਹਿਲ ਦੇ ਰਖਕਿਆਂ ਦਾ ਜਿਹੜਾ ਉਹ ਮੁਖੀ ਸੀ ਉਸ ਨੂੰ ਮਹਾਪ੍ਰਤੀਹਾਰ ਕਿਹਾ ਜਾਂਦਾ ਸੀ ਜੀ ਸੋ ਅਲੱਗ-ਅਲੱਗ ਕੁਐਸਚਨ ਆ ਸਕਦਾ ਹੈ ਕਿ ਮੰਤਰੀ ਕੌਣ ਸੀ ਪ੍ਰਧਾਨ ਮੰਤਰੀ ਜਿਹੜਾ ਪ੍ਰਸ਼ਾਸਨ ਦੀ ਦੇਖਭਾਲ ਕਰਦਾ ਸੀ ਮਹਾ ਮਹਾ ਬਾਦਕ੍ਰਿਤ ਸੋ ਨਾਮ ਥੋੜੇ ਔਖੇ ਨੇ ਜੀ ਜਦੋਂ ਵਾਰ-ਵਾਰ ਇੱਕ ਦੋ ਵਾਰ ਵੀਡੀਓ ਸੁਣ ਲਵਾਂਗੇ ਤਾਂ ਹੋ ਜਾਣਗੇ ਜੀ ਮਹਾ ਬਾਦਿਕ੍ਰਿਤ ਕੌਣ ਹੁੰਦਾ ਸੀ ਸੈਨਾਪਤੀ ਹੁੰਦਾ ਸੀ ਮਹਾ ਸੈਨਾਪਤੀ ਸੋ ਪ੍ਰਮੁੱਖ ਸੈਨਾਪਤੀ ਆਪਾਂ ਨੂੰ ਕਹਿ ਸਕਦੇ ਆ ਔਰ ਮਹਾ ਸੰਧੀ ਵਰਤਕ ਵਿਦੇਸ਼ ਮੰਤਰੀ ਔਰ ਮਹਾ ਪ੍ਰਤੀਹਾਰ ਜਿਹੜਾ ਉਹ ਮਹਿਲ ਦੇ ਮਾਮਲਿਆਂ ਦਾ ਔਰ ਮਹਿਲ ਦੇ ਰਖਕਿਆਂ ਦਾ ਮੁਖੀ ਹੁੰਦਾ ਸੀ ਜੀ ਅੱਗੇ ਆ ਜੀ ਕੁਐਸਚਨ ਨੰਬਰ 6 ਧਾਰਮਿਕ ਮਾਮਲਿਆਂ ਦਾ ਮੰਤਰੀ ਸੀ ਤਾਂ ਧਾਰਮਿਕ ਮਾਮਲਿਆਂ ਦਾ ਜਿਹੜਾ ਮੰਤਰੀ ਹੁੰਦਾ ਸੀ ਗੁਪਤ ਕਾਲ ਦੇ ਸਮੇਂ ਉਹ ਹੁੰਦਾ ਸੀ ਉਸ ਨੂੰ ਪ੍ਰੋਧ ਜਾਂ ਪੰਡਤ ਕਿਹਾ ਜਾਂਦਾ ਸੀ ਪ੍ਰੋਧ ਜਾਂ ਪੰਡਤ ਸੀ ਜੋ ਧਾਰਮਿਕ ਮਾਮਲਿਆਂ ਨੂੰ ਦੇਖਦਾ ਸੀ ਧਾਰਮਿਕ ਮਾਮਲਿਆਂ ਦਾ ਮੰਤਰੀ ਸੀ ਮੰਦਰਾਂ ਮੱਠਾਂ ਤੇ ਧਾਰਮਿਕ ਸੰਸਥਾਵਾਂ ਨੂੰ ਜਿਹੜਾ ਹੈ ਉਹ ਦੇਖਭਾਲ ਉਹਨਾਂ ਦੀ ਕਰਦਾ ਸੀ ਜੀ ਔਰ ਮਹਾ ਅਸ਼ਵਪਤੀ ਦੀ ਇੱਕ ਰ ਆਪਾਂ ਗੱਲ ਕਰੀਏ ਇਸ ਨੂੰ ਵੀ ਸਮਝ ਲੈਣਾ ਜੀ ਮਹਾ ਅਸ਼ਵ ਅਸ਼ਵੁੰਦਾ ਕੋੜਾ ਜੋ ਕੋੜ ਸਵਾਰ ਸੈਨਾ ਦਾ ਜਿਹੜਾ ਮੁੱਖ ਅਧਿਕਾਰੀ ਸੀ ਉਹਨੂੰ ਮਹਾ ਅਸ਼ਵਪਤੀ ਕਿਹਾ ਜਾਂਦਾ ਹੈ ਜਾਂ ਕੋੜ ਸਵਾਰ ਸੈਨਾ ਦਾ ਜਿਹੜਾ ਮੁਖੀ ਸੀ ਉਸਨੂੰ ਮਹਾ ਅਸ਼ਵਪਤੀ ਕਿਹਾ ਜਾਂਦਾ ਹੈ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 7 ਹੈ ਜੀ ਹਾਥੀ ਫੌਜ ਸਵਾਰ ਫੌਜ ਦਾ ਮੁਖੀ ਹੁੰਦਾ ਸੀ ਸੋ ਹਾਥੀ ਫੌਜ ਸਵਾਰ ਦਾ ਜਿਹੜਾ ਮੁਖੀ ਹੁੰਦਾ ਸੀ ਉਸ ਨੂੰ ਕਿਹਾ ਜਾਂਦਾ ਸੀ ਜੀ অপਸ਼ਨ ਸੀ ਮਹਾ ਪੀਲੂ ਪਤੀ ਜੀ ਮਹਾ ਪੀਲੂ ਪਤੀ ਹਾਥੀ ਫੌਜ ਸਵਾਰ ਦਾ ਮੁਖੀ ਔਰ ਮਹਾ ਅਸ਼ਵਪਤੀ ਘੋੜ ਸਵਾਰ ਸੈਨ ਦਾ ਮੁਖੀ ਔਰ ਮਹਾ ਦੰਡਨਾਇਕ ਜੀ ਦੰਡਨਾਇਕ ਸ਼ਬਦ ਸਜ਼ਾ ਦਾ ਵਾਲਾ ਸ਼ਬਦ ਹੈ ਉਹ ਪੁਲਸ ਤੇ ਨਿਆਂ ਵਿਭਾਗ ਦਾ ਜਿਹੜਾ ਮੁਖੀ ਸੀ ਜੋ ਅਪਰਾਧੀਆਂ ਨੂੰ ਸਜ਼ਾ ਦਿੰਦਾ ਸੀ ਦੰਡ ਸਜ਼ਾ ਤੋਂ ਯਾਦ ਰੱਖਣਾ ਸਜ਼ਾ ਦਿੰਦਾ ਸੀ ਉਸ ਦੇ ਅਧੀਨ ਜਿਹੜੇ ਕਈ ਅੱਗੇ ਦੰਡ ਨਾਇਕ ਜਿਹੜੇ ਹੁੰਦੇ ਸੀ ਸੋ ਮਹਾ ਦੰਡ ਦੰਡ ਨਾਇਕ ਜੇਕਰ ਪੁੱਛਿਆ ਜਾਂਦਾ ਕੌਣ ਸੀ ਜਾਂ ਪੁਲਿਸ ਤੇ ਨਾਮ ਭਾਗ ਦਾ ਮੁਖੀ ਕੌਣ ਹੁੰਦਾ ਸੀ ਮਹਾ ਦੰਡ ਨਾਇਕ ਔਰ ਮਹਾ ਬਾਦਕ੍ਰਿਤ ਆਪਾਂ ਜਿਹੜਾ ਹੈ ਪਹਿਲਾਂ ਕਰ ਹੀ ਚੁੱਕੇ ਆ ਮਹਾ ਸੈਨਾਪਤੀ ਜੀ ਅੱਗੇ ਆ ਜੀ ਕੁਐਸਚਨ ਨੰਬਰ 8 ਗੁਪਤ ਕਾਲ ਵਿੱਚ ਦੀ ਇੱਕ ਸ਼੍ਰੇਣੀ ਕੁਮਾਰ ਮੱਤਿਆ ਸੀ ਜਿਸ ਦਾ ਸਬੰਧ ਹੁੰਦਾ ਸੀ ਜਾਂ ਹੈ ਤਾਂ ਆਨਸਰ ਆਏਗਾ ਜੀ অপਸ਼ਨ ਸੀ ਜੀ ਸੋ ਵੱਡੇ ਅਫਸਰਾਂ ਦੀ ਇੱਕ ਸ਼੍ਰੇਣੀ ਸੀ ਜੀ ਜਿਸ ਨੂੰ ਮਹਾ ਕੁਮਾਰ ਮੱਤਿਆ ਜਿਹੜਾ ਹੈ ਕਿਹਾ ਜਾਂਦਾ ਸੀ ਸਭ ਤੋਂ ਵੱਡੇ ਜਿਵੇਂ ਆਪਣੇ ਆਈਐਸ ਲੈਵਲ ਦੇ ਜਿਹੜੇ ਅਫਸਰ ਹੁੰਦੇ ਨੇ ਉਹਨਾਂ ਦੇ ਬਰਾਬਰ ਹੁੰਦੇ ਸੀ ਜੀ ਕੁਮਾਰ ਮੱਤਿਆ ਜੀ ਸੋ ਕੁਐਸਚਨ ਇਹਦਾ ਵੀ ਆ ਸਕਦਾ ਹੈ ਕਿ ਗੁਪਤ ਕਾਲ ਦੇ ਸਮੇਂ ਆਈਐਸ ਲੈਵਲ ਦੇ ਅਧਿਕਾਰੀ ਕਿਹੜੇ ਹੁੰਦੇ ਸਨ ਉਹ ਹੁੰਦੇ ਸੀ ਕੁਮਾਰ ਮਾਤਿਆ ਜੀ ਰਾਜ ਪ੍ਰਬੰਧ ਨੂੰ ਚਲਾਉਣ ਵਿੱਚ ਮਹੱਤਵਪੂਰਨ ਹਿੱਸਾ ਲੈਂਦੇ ਸੀ ਔਰ ਬਹੁਤ ਹੀ ਯੋਗ ਤੇ ਉੱਚ ਘਰਾਣੇ ਦੇ ਵਿਅਕਤੀਆਂ ਨੂੰ ਜਿਹੜਾ ਹੈ ਇਹ ਅਹੁਦਾ ਦਿੱਤਾ ਜਾਂਦਾ ਸੀ ਕੁਮਾਰ ਮਾਤਿਆ ਦਾ ਔਰ ਕੁਮਾਰ ਮਾਤਿਆ ਵਿੱਚੋਂ ਸਭ ਤੋਂ ਵੱਡੇ ਸਾਮਰਾਜ ਦੇ ਜਿਹੜੇ ਨੇ ਮੰਤਰੀ ਹੁੰਦੇ ਸਨ ਜਿਨ੍ਹਾਂ ਦੀ ਪਦਵੀ ਰਾਜਦੇਵ ਰਾਜਕੁਮਾਰਾਂ ਦੇ ਬਰਾਬਰ ਹੁੰਦੀ ਸੀ ਜਾਂ ਉਹਨਾਂ ਤੋਂ ਥੋੜੀ-ਬਹੁਤੀ ਜਿਹੜੀ ਹੈ ਘੱਟ ਹੁੰਦੀ ਸੀ ਔਰ ਉਹਨਾਂ ਤੋਂ ਛੋਟੇ ਅੱਗੇ ਬਹੁਤ ਸਾਰੇ ਛੋਟੀ ਸ੍ਰੈਣੀ ਦੇ ਜਿਹੜੇ ਕੁਮਾਰ ਮਾਤਿਆ ਵੀ ਹੁੰਦੇ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 9 ਭੁਗਤੀ ਜਾਂ ਦੇਸ਼ ਦੇ ਪ੍ਰਬੰਧ ਲਈ ਇੱਕ ਗਵਰਨਰ ਹੁੰਦਾ ਸੀ ਜਿਸ ਨੂੰ ਕਿਹਾ ਜਾਂਦਾ ਸੀ ਸੋ ਆਪਾਂ ਡਿਸਕਸ ਕਰ ਲਿਆ ਪ੍ਰਾਂਤਕ ਸ਼ਾਸਨ ਦੇ ਵਿੱਚ ਜਿਹੜਾ ਹੈ ਅੱਗੇ ਪ੍ਰਾਂਤਾਂ ਨੂੰ ਜਿਹੜਾ ਹੈ ਦੇਸ਼ ਜਾਂ ਭੁਗਤੀ ਦੇ ਵਿੱਚ ਵੰਡਿਆ ਹੋਇਆ ਸੀ ਔਰ ਉਸ ਦਾ ਜਿਹੜਾ ਮੁਖੀ ਹੁੰਦਾ ਸੀ ਜਾਂ ਗਵਰਨਰ ਹੁੰਦਾ ਸੀ ਉਸ ਨੂੰ ਕਿਹਾ ਜਾਂਦਾ ਸੀ ਜੀ ਉਪਾਰਿਕ ਮਹਾਰਾਜ ਔਰ ਇਹਨਾਂ ਦੀ ਜਿਹੜੀ ਨਿਯੁਕਤੀ ਹੈ ਉਪਾਰਿਕ ਮਹਾਰਾਜ ਦੀ ਉਹ ਮਹਾਰਾਜ ਜਿਹੜਾ ਸਮਰਾਟ ਹੈ ਉਹ ਆਪ ਕਰਦਾ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 10 ਕਿਸ ਸ਼ਾਸਕ ਦੇ ਸਮੇਂ ਤੋਂ ਉਪਾਰਿਕ ਮਹਾਰਾਜ ਦੀ ਜਿਹੜੀ ਹੈ ਉੱਚ ਪਦਵੀ ਤੇ ਯੋਗ ਸੈਨਿਕ ਅਧਿਕਾਰੀਆਂ ਨੂੰ ਵੀ ਨਿਯੁਕਤ ਕੀਤਾ ਜਾਣ ਲੱਗਾ ਤਾਂ ਇਸ ਦਾ ਜਿਹੜਾ ਸਹੀ ਅਨਸਰ ਆਏਗਾ ਜੀ অপਸ਼ਨ ਡੀ ਜੀ ਕੁਮਾਰ ਗੁਪਤ ਪਹਿਲੇ ਸੋ ਇਹ ਜਿਹੜਾ ਹੁੰਦਾ ਸੀ ਪ੍ਰਾਂਤਿਕ ਸ਼ਾਸਨ ਪ੍ਰਬੰਧ ਦਾ ਜਿਹੜਾ ਗਵਰਨਰ ਅੱਜ ਦਾ ਜਿਹੜਾ ਆਪਾਂ ਜਿਹਨੂੰ ਕਹਿ ਸਕਦੇ ਹਾਂ ਸੋ ਉਸ ਦੀ ਜਿਹੜੇ ਆਮ ਤੌਰ ਤੇ ਉਸ ਦੇ ਵਿੱਚ ਹੁੰਦੇ ਸੀ ਉਹ ਰਾਜੇ ਦੇ ਸਮਰਾਟ ਦੇ ਜਿਹੜੇ ਆ ਰਾਜਕੁਮਾਰ ਹੁੰਦੇ ਸੀ ਪਰ ਸਮੁੰਦਰ কুমার ਗੁਪਤ ਪਹਿਲੇ ਤੋਂ ਬਾਅਦ ਜਿਹੜਾ ਹੈ ਇਹਨਾਂ ਅਧਿਕਾਰ ਇੱਥੇ ਜਿਹੜਾ ਇਸ ਅਹੁਦੇ ਤੇ ਯੋਗ ਸੈਨਿਕ ਅਧਿਕਾਰੀਆਂ ਨੂੰ ਵੀ ਇਸ ਉੱਚ ਉੱਚ ਪਦਵੀ ਦੇ ਉੱਤੇ ਜਿਹੜਾ ਨਿਯੁਕਤ ਕੀਤਾ ਜਾਣਾ ਲੱਗਾ ਸੀ ਕਵੈਸਚਨ ਨੰਬਰ 11 ਹੈ ਜੀ ਗੁਪਤ ਕਾਲ ਸਮੇਂ ਜ਼ਿਲ੍ਹੇ ਦੇ ਪ੍ਰਬੰਧ ਨੂੰ ਚਲਾਉਣ ਵਾਲੇ ਅਧਿਕਾਰੀ ਨੂੰ ਕਿਹਾ ਜਾਂਦਾ ਸੀ ਸੋ ਅੱਗੇ ਜਿਹੜਾ ਹੈ ਪ੍ਰਾਂਤਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਵੰਡਿਆਇਆ ਸੀ ਔਰ ਜ਼ਿਲ੍ਹੇ ਨੂੰ ਚਲਾਉਣ ਵਾਲਾ ਜਿਹੜਾ ਅਧਿਕਾਰੀ ਸੀ ਉਸ ਨੂੰ ਵਿਸ਼ਪਤੀ ਕਿਹਾ ਜਾਂਦਾ ਸੀ ਜੀ ਵਿਸ਼ਯਪਤੀ ਸੋ ਜ਼ਿਲ੍ਹੇ ਨੂੰ ਜਿਹੜਾ ਹੈ ਵਿਸ਼ਯ ਕਿਹਾ ਜਾਂਦਾ ਸੀ ਪੁੱਛਿਆ ਜਾਏ ਕਿ ਜ਼ਿਲ੍ਹੇ ਨੂੰ ਕੀ ਕਿਹਾ ਜਾਂਦਾ ਸੀ ਵਿਸ਼ਯ ਜਾਂ ਫਿਰ ਉਸ ਨੂੰ ਪਰਦੇਸ਼ ਕਿਹਾ ਜਾਂਦਾ ਸੀ ਵਿਸ਼ਯ ਜਾਂ ਪਰਦੇਸ਼ ਕਿਹਾ ਜਾਂਦਾ ਸੀ ਜ਼ਿਲ੍ਹੇ ਨੂੰ ਔਰ ਉਸ ਦਾ ਜਿਹੜਾ ਮੁੱਖ ਅਧਿਕਾਰੀ ਹੁੰਦਾ ਸੀ ਉਸ ਨੂੰ ਚਲਾਉਣ ਵਾਲਾ ਉਸ ਨੂੰ ਵਿਸ਼ੇਪਤੀ ਕਿਹਾ ਜਾਂਦਾ ਸੀ ਔਰ ਜਿਹੜਾ ਹੈ ਪਿਲੇ ਦੇ ਸ਼ਾਸਨ ਨੂੰ ਇਹ ਦੇਖਦਾ ਸੀ ਜੀ ਕੁਐਸਚਨ ਨੰਬਰ 12 ਜੀ ਵਿਸ਼ੇਪਤੀ ਦੀ ਨਿਯੁਕਤੀ ਆਮ ਤੌਰ ਤੇ ਕਰਦਾ ਸੀ ਤਾਂ ਜਿਹੜਾ ਹੈ ਆਪਸ਼ਨ B ਆਊਗਾ ਜੀ ਆਮ ਤੌਰ ਤੇ ਜਿਹੜੀ ਹੈ ਨਿਯੁਕਤੀ ਉਹ ਉਪਾਰਿਕ ਮਹਾਰਾਜ ਕਰਦਾ ਸੀ ਜੋ ਕਿ ਪ੍ਰਾਂਤਕ ਸ਼ਾਸਨ ਦਾ ਮੁਖੀ ਸੀ ਪਰ ਕਈ ਵਾਰ ਜਿਹੜਾ ਹੈ ਸਮਰਾਟ ਵੀ ਉਹਨਾਂ ਨੂੰ ਨਿਯੁਕਤ ਕਰਦਾ ਸੀ ਆਮ ਤੌਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਉਪਾਰਿਕ ਮਹਾਰਾਜ ਉਹਨਾਂ ਦੀ ਨਿਯੁਕਤੀ ਜਿਹੜਾ ਹੈ ਵਿਸ਼ੇਪਤੀ ਦੀ ਕਰਦਾ ਸੀ ਜੀ। ਕੁਐਸਚਨ ਨੰਬਰ 11 ਹੈ ਜੀ। ਗੁਪਤ ਕਾਲ ਸਮੇਂ ਨਗਰ ਦੇ ਮੁਖੀ ਨੂੰ ਕਿਹਾ ਜਾਂਦਾ ਸੀ? ਤਾਂ ਨਗਰ ਦਾ ਜਿਹੜਾ ਮੁਖੀ ਸੀ ਉਸ ਨੂੰ ਕਿਹਾ ਜਾਂਦਾ ਸੀ ਜੀ অপਸ਼ਨ ਡੀ ਪੁਰਪਾਲ ਜੀ। ਨਗਰ ਦੇ ਮੁਖੀ ਨੂੰ ਪੁਰਪਾਲ ਕਿਹਾ ਜਾਂਦਾ ਸੀ ਜੀ। ਔਰ ਪੁਰਪਾਲਦੀ ਸਹਾਇਤਾ ਦੇ ਲਈ ਕਾਉਂਸਲ ਹੁੰਦੀ ਸੀ ਜਿਸ ਨੂੰ ਪਰਿਸ਼ਦ ਕਿਹਾ ਜਾਂਦਾ ਸੀ ਪਰਿਸ਼ਦ ਕੀ ਸੀ ਪੁਰਪਾਲਦੀ ਸਹਾਇਤਾ ਦੇ ਲਈ ਜਿਹੜੀ ਪਰਿਸ਼ਦ ਹੁੰਦੀ ਸੀ ਜਿਹੜੀ ਅੱਜ ਦੀ ਆਪਣੀ ਨਗਰਪਾਲਿਕਾ ਵਰਗੀ ਹੁੰਦੀ ਸੀ ਜੋ ਨਗਰ ਦੀ ਸਫਾਈ ਪੀਣ ਦੇ ਉਚਿਤ ਪਾਣੀ ਪ੍ਰਬੰਧ ਔਰ ਜਿਹੜਾ ਹੈ ਉਸ ਤੋਂ ਇਲਾਵਾ ਕਰ ਅਧਿਕਾਰੀਆਂ ਦੇ ਕਰ ਇਕੱਠਾ ਕਰਨ ਦੇ ਵਿੱਚ ਸਹਾਇਤਾ ਕਰਦੇ ਸੀ ਕੁਐਸਚਨ ਨੰਬਰ 14 ਹੈ ਜੀ ਗੁਪਤ ਕਾਲ ਵਿੱਚ ਗ੍ਰਾਮ ਦੇ ਮੁਖੀ ਨੂੰ ਕਿਹਾ ਜਾਂਦਾ ਸੀ ਸੋ ਸਭ ਤੋਂ ਜਿਹੜੀ ਹੈ ਛੋਟੀ ਇਕਾਈ ਸੀ ਉਹ ਗ੍ਰਾਮ ਜਾਂ ਪਿੰਡ ਜਿਵੇਂ ਅੱਜ ਵੀ ਨੇ ਜੀ ਉਹ ਸੀ ਔਰ ਗ੍ਰਾਮ ਦੇ ਮੁਖੀ ਨੂੰ ਕਿਹਾ ਜਾਂਦਾ ਸੀ ਜੀ অপਸ਼ਨ ਸੀ ਗ੍ਰਾਮੀਅਕ ਗ੍ਰਾਮੀਅਕ ਜਿਵੇਂ ਸਰਪੰਚ ਹੈ ਆਪਣਾ ਆਧੁਨਿਕ ਸਮੇਂ ਚ ਗ੍ਰਾਮੀਅਕ ਜਾਂ ਨੂੰ ਗ੍ਰਾਮਾ ਦੇ ਅਕਸ਼ ਵੀ ਜਿਹੜਾ ਹੈ ਕਿਹਾ ਜਾਂਦਾ ਸੀ ਔਰ ਉਸ ਦੀ ਸਹਾਇਤਾ ਦੇ ਲਈ ਜਿਹੜੀ ਇੱਕ ਸਭਾ ਹੁੰਦੀ ਸੀ ਜਿਸ ਨੂੰ ਪੰਚ ਮੰਡਲੀ ਜਾਂ ਗ੍ਰਾਮ ਜਨਪਦ ਜਿਹੜਾ ਹੈ ਕਿਹਾ ਜਾਂਦਾ ਸੀ ਪੰਚ ਮੰਡਲੀ ਜਾਂ ਗ੍ਰਾਮ ਜਨਪਦ ਕੀ ਸੀ ਜੋ ਸਹਾਇਤਾ ਕਰਦੀ ਸੀ ਗ੍ਰਾਮਯ ਇਕ ਦੀ ਜਿਵੇਂ ਆਧੁਨਿਕ ਸਮੇਂ ਸਰਪੰਚ ਦੀ ਸਹਾਇਤਾ ਕਰਦੇ ਨੇ ਉਸ ਤੇ ਮੈਂਬਰ ਜਿਹੜੀ ਇੱਕ ਆਪਾਂ ਕਹਿ ਸਕਦੇ ਹਾਂ ਕਿ ਬਣ ਜਾਂਦੀ ਪੰਚਾਇਤ ਉਸੇ ਤਰ੍ਹਾਂ ਹੈ ਪੰਚ ਮੰਡਲੀ ਜਾਂ ਗ੍ਰਾਮ ਜਨਪਦ ਜਿਹੜੀ ਹੈ ਸਹਾਇਤਾ ਕਰਦੀ ਸੀ ਗ੍ਰਾਮਯ ਇਕ ਜਾਂ ਗ੍ਰਾਮਾ ਦੇ ਅਕਸ਼ ਦੀ ਕੁਐਸਚਨ ਨੰਬਰ 15 ਹੈ ਜੀ ਗੁਪਤ ਕਾਲ ਸਮੇਂ ਆਮਦਨ ਦਾ ਮੁੱਖ ਸਾਧਨ ਸੀ ਜੀ ਆਪਸ਼ਨ ਆਏਗਾ ਡੀ ਭੂਮੀਕਾਰ ਜਿਹੜਾ ਹੈ ਮੁੱਖ ਸਾਧਨ ਸੀ ਆਮਦਨ ਦਾ ਕੁਐਸਚਨ ਨੰਬਰ ਅੱਗੇ ਹੈ ਜੀ 16 ਗੁਪਤ ਕਾਲ ਸਮੇਂ ਭੂਮੀਕਰ ਦਾ ਅਕਸਰ ਕਿੰਨਾ ਹਿੱਸਾ ਲਿਆ ਜਾਂਦਾ ਸੀ ਤਾਂ ਆਮ ਤੌਰ ਤੇ ਜਿਹੜਾ ਹਿੱਸਾ ਲਿਆ ਜਾਂਦਾ ਸੀ ਜੀ অপਸ਼ਨ ਸੀ ਹੈ ਜੀ 1/6 ਪਰ ਜੇਕਰ ਭੂਮੀ ਜਿਹੜੀ ਹੈ ਘੱਟ ਉਪਜਾਊ ਹੁੰਦੀ ਸੀ ਤਾਂ ਉੱਥੇ 1/8 ਤੋਂ ਲੈ ਕੇ 1/12 ਹਿੱਸਾ ਵੀ ਜਿਹੜਾ ਹੈ ਲਿਆ ਜਾਂਦਾ ਸੀ ਕੁਐਸਚਨ ਨੰਬਰ 13 ਹੈ ਜੀ ਗੁਪਤ ਕਾਲ ਸਮੇਂ ਨਗਰ ਦੇ ਮੁਖੀ ਨੂੰ ਸੌਰੀ ਪੇਜ ਰਿਪੀਟ ਹੋ ਗਿਆ ਕਿਤੇ ਕੁਐਸਚਨ ਨੰਬਰ 17 ਤੇ ਆ ਜਾਓ ਜੀ ਗੁਪਤ ਕਾਲ ਸਮੇਂ ਸੈਨਾ ਉੱਤੇ ਲਗਭਗ ਕਿੰਨਾ ਖਰਚ ਕੀਤਾ ਜਾਂਦਾ ਸੀ ਤਾਂ ਆਨਸਰ ਆਏਗਾ ਜੀ অপਸ਼ਨ ਏ ਜੀ 1/2 ਹਿੱਸਾ ਜਿਹੜਾ ਯਾਨੀ ਕਿ ਜਿਹੜਾ ਆਮਦਨ ਦਾ ਹਿੱਸਾ ਸੀ ਅੱਧਾ ਹਿੱਸਾ ਜਿਹੜਾ ਹੈ ਉਹ ਖਰਚ ਕੀਤਾ ਜਾਂਦਾ ਸੀ ਸੈਨਾ ਦੇ ਉੱਪਰ ਜੀ ਔਰ ਬਾਕੀ ਦੇ ਅੱਧੇ ਨਾਲ ਜਿਹੜਾ ਹੈ ਮੰਤਰੀਆਂ ਤੇ ਦੂਸਰੇ ਅਧਿਕਾਰੀਆਂ ਨੂੰ ਤਰਖਾਹਾਂ ਦਿੱਤੀਆਂ ਜਾਂਦੀਆਂ ਉਸ ਰਾਜਮੈਲ ਦਾ ਖਰਚ ਕੱਢਿਆ ਜਾਂਦਾ ਸੀ ਧਾਰਮਿਕ ਸਹਿਤਕ ਤੇ ਲੋਕ ਭਲਾਈ ਦੇ ਜਿਹੜੇ ਕੰਮ ਕੀਤੇ ਜਾਂਦੇ ਸੀ ਕੁਐਸਚਨ ਨੰਬਰ 18 ਜੀ ਗੁਪਤ ਕਾਲ ਸਮੇਂ ਮੁਕਦਮਿਆਂ ਦੇ ਫੈਸਲੇ ਕਿਸ ਅਨੁਸਾਰ ਕੀਤੇ ਜਾਂਦੇ ਸਨ ਤਾਂ ਆਨਸਰ ਆਏਗਾ ਜੀ অপਸ਼ਨ ਡੀ ਜੀ ਜਿਹੜਾ ਹੈ ਮਨੁਸਮ੍ਰਿਤੀ ਤੇ ਰੀਤੀ ਰਿਵਾਜਾਂ ਦੇ ਅਨੁਸਾਰ ਜਿਹੜੇ ਹੈ ਫੈਸਲੇ ਉਹ ਕੀਤੇ ਜਾਂਦੇ ਸੀ ਜੀ ਕੁਐਸਚਨ ਨੰਬਰ ਅੱਗੇ ਹੈ ਜੀ 19 ਮੁਦਰਾ ਰਾਖਸ਼ ਕਿਸ ਦੀ ਰਚਨਾ ਹੈ ਤਾਂ ਇਸ ਦਾ ਸਹੀ ਆਨਸਰ ਆਏਗਾ অপਸ਼ਨ ਸੀ ਜੀ ਸੋ ਨਾਟਕ ਹੈ ਜੀ ਵਿਸ਼ਖਾਦਤ ਦਾ ਜਿਸ ਤੋਂ ਸਾਨੂੰ ਉਸ ਸਮੇਂ ਦੀ ਜਿਹੜੀ ਨਿਆਂ ਪ੍ਰਣਾਲੀ ਹੈ ਥੋੜਾ ਜਿਹਾ ਉਹਦੇ ਬਾਰੇ ਸਜਾਵਾਂ ਬਾਰੇ ਜਿਹੜਾ ਹੈ ਪਤਾ ਲੱਗਦਾ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਅਪਰਾਧੀਆਂ ਦੇ ਜਿਹੜੇ ਅੱਖਾਂ ਕੜਵਾ ਦਿੱਤੀਆਂ ਜਾਂਦੀਆਂ ਸੀ ਹਾਥੀ ਦੇ ਪੈਰਾਂ ਹੇਠ ਜਿਹੜਾ ਹੈ ਕੁਚਲਵਾ ਦਿੱਤਾ ਜਾਂਦਾ ਸੀ ਭਿਆਨਕ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ ਔਰ ਜਿਨ੍ਹਾਂ ਅਪਰਾਧਾਂ ਦੀ ਕੋਈ ਗਵਾਹੀ ਜਾਂ ਸਬੂਤ ਨਹੀਂ ਸੀ ਮਿਲਦਾ ਉਹਨਾਂ ਦਾ ਫੈਸਲਾ ਕਰਨ ਦੇ ਲਈ ਆਡੀਅਲ ਪ੍ਰਥਾ ਸੋ ਆਡੀਅਲ ਸਿਸਟਮ ਸੀ ਜੀ ਆਡੀਅਲ ਜਿਹੜਾ ਸਿਸਟਮ ਹੈ ਆਡੀਅਲ ਸਿਸਟਮ ਸੋ ਇਸ ਦੇ ਅਨੁਸਾਰ ਕੀ ਸੀ ਅਪਰਾਧੀ ਦੀ ਅੱਗ ਪਾਣੀ ਤੇ ਜ਼ਹਿਰ ਨਾਲ ਜਿਹੜੀ ਪ੍ਰੀਖਿਆ ਉਹ ਕੀਤੀ ਜਾਂਦੀ ਸੀ ਔਰ ਉਸ ਅਨੁਸਾਰ ਜਿਹੜਾ ਅਨਸਾਫ਼ ਹੈ ਉਹ ਕੀਤਾ ਜਾਂਦਾ ਸੀ ਔਰ ਗੁਪਤ ਕਾਲ ਦੇ ਸਮੇਂ ਦੇ ਵਿੱਚ ਯਾਦ ਰੱਖਣਾ ਅਪਰਾਧ ਬਹੁਤ ਘੱਟ ਸੀ ਕਿਉਂਕਿ ਸਜ਼ਾਵਾਂ ਜਿਹੜੀਆਂ ਨੇ ਸਖਤ ਸੀ ਔਰ ਸਾਰੇ ਸਾਮਰਾਜ ਦੇ ਵਿੱਚ ਜਿਹੜੀ ਸ਼ਾਂਤੀ ਤੇ ਸੁਰੱਖਿਆ ਸੀ ਔਰ ਫਾਹੀਆਂ ਜਿਹੜਾ ਹੈ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਜਿਹੜੀਆਂ ਸੜਕਾਂ ਤੇ ਆਉਣ ਵਾਲੇ ਮਲੇ ਮਾਰਗ ਸੀ ਉਹ ਪੂਰਨ ਤੌਰ ਤੇ ਸੁਰੱਖਿਆ ਸੀ ਹਾਲਾਂਕਿ ਕੁਝ ਜਿਹੜੇ ਅਧਿਕਾਰ ਵਿਦਵਾਨ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਜਿਹੜੀਆਂ ਸਜ਼ਾਵਾਂ ਨੇ ਉਹ ਬਹੁਤ ਘੱਟ ਸੀ ਹਲਕੇ ਦੰਡ ਜਿਹੜੇ ਮਿਲਦੇ ਸੀ ਮੌਤ ਦੀ ਸਜ਼ਾ ਨਹੀਂ ਸੀ ਦਿੱਤੀ ਜਾਂਦੀ ਪਰ ਜਿਹੜਾ ਹੈ ਆਪਣਾ ਮੋਦਰਾ ਰਾਕਸ਼ਸ ਨਾਟਕ ਹੈ ਇਸ ਤੋਂ ਇਹ ਪਤਾ ਲੱਗਦਾ ਕਿ ਸਜਾਵਾਂ ਜਿਹੜੀਆਂ ਨੇ ਉਹ ਸਖਤ ਸੀ ਜੀ ਔਰ ਨਿਆਂ ਦਾ ਜਿਹੜਾ ਸੋਮਾ ਹੈ ਉਹ ਸਮਰਾਟ ਹੁੰਦਾ ਸੀ ਜੀ ਜੋ ਉਸਨੇ ਫੈਸਲਾ ਲੈ ਲਿਆ ਉਹੀ ਨਿਆ ਬਣ ਗਿਆ ਅੱਗੇ ਆ ਜੀ ਕੁਐਸਚਨ ਨੰਬਰ 20 ਗੁਪਤ ਸਮਰਾਟਾ ਨੇ ਸੈਨਿਕ ਪ੍ਰਬੰਧ ਦੇ ਕਿੰਨੇ ਹਿੱਸੇ ਕਾਇਮ ਕੀਤੇ ਤਾਂ ਆਨਸਰ ਆਏਗਾ ਜੀ অপਸ਼ਨ ਸੀ ਜੀ 6 ਹਿੱਸੇ ਸੀ ਜੀ 6 ਹਿੱਸਿਆਂ ਦੇ ਵਿੱਚ ਪਹਿਲਾ ਹਿੱਸਾ ਸੀ ਜੀ ਪੈਦਲ ਫੌਜੀਆਂ ਦਾ ਦੂਸਰਾ ਹਿੱਸਾ ਸੀ ਘੋੜਸਵਾਰਾਂ ਦਾ ਔਰ ਤੀਸਰਾ ਹਿੱਸਾ ਸੀ ਹਾਥੀਆਂ ਦਾ ਚੌਥਾ ਹਿੱਸਾ ਰੱਥਾਂ ਦਾ ਸੀ ਪਰ ਉਹਨਾਂ ਦੀ ਵਰਤੋਂ ਜਿਹੜੀ ਮੌਰੀਆ ਕਾਲ ਦੇ ਟੱਕਰੇ ਬਹੁਤ ਘੱਟ ਕੀਤੀ ਜਾਂਦੀ ਸੀ ਪੰਜਵਾਂ ਹਿੱਸਾ ਸਮੁੰਦਰੀ ਫੌਜਦਾ ਸੀ ਔਰ 6ਵਾਂ ਜਿਹੜਾ ਆਵਾਜਾਈ ਦਾ ਪ੍ਰਬੰਧ ਕਰਦਾ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 21 ਗੁਪਤ ਕਾਲ ਦੇ ਪ੍ਰਸਿੱਧ ਸ਼ਾਸਤਰਾਂ ਦਾ ਪਤਾ ਕਿਸ ਸਤੰਭ ਤੋਂ ਮਿਲਦਾ ਹੈ ਸੋ ਸ਼ਾਸਤਰ ਮਤਲਬ ਜੋ ਹਥਿਆਰ ਵਰਤੇ ਜਾਂਦੇ ਸੀ ਜਿਸ ਤਰ੍ਹਾਂ ਕੁਹਾੜੀ ਪਾਲਾ ਤੀਰ ਕਮਾਨ ਵਗੈਰਾ ਔਰ ਇਸ ਤੋਂ ਇਲਾਵਾ ਜਿਹੜਾ ਹੈ ਢਾਲਾਂ ਤਲਵਾਰਾਂ ਉਹਨਾਂ ਦੀ ਜਾਣਕਾਰੀ ਜਿਹੜੀ ਹੈ ਕਿੱਥੋਂ ਮਿਲਦੀ ਹੈ ਸਾਨੂੰ ਤਾਂ ਇਲਾਹਾਬਾਦ ਦੇ ਸਤੰਭ ਤੋਂ ਮਿਲਦੀ ਹੈ ਜੀ অপਸ਼ਨ ਬੀ ਜਿਹੜਾ ਹੈ ਸਹੀ ਆਨਸਰ ਆਊਗਾ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 22 335 ਤੋਂ 467 ਈਸਵੀ ਦੇ ਗੁਪਤ ਕਾਲ ਨੂੰ ਕਿਹਾ ਜਾਂਦਾ ਹੈ ਅਲਜੀਬਾ ਬੈਤ ਕਾਲ ਬੀ ਹੈ ਸੁਨਹਿਰੀ ਕਾਲ ਸੀ ਹੈ ਚਾਂਦੀ ਯੁੱਗ ਡੀ ਹੈ ਜੀ ਏ ਤੇ ਬੀ ਦੋਨੋਂ ਆਨਸਰ ਆਏਗਾ ਜੀ অপਸ਼ਨ ਡੀ اے ਤੇ ਬੀ ਦੋਨੋਂ ਸੋ ਜਿਹੜੇ ਅੰਗਰੇਜ਼ ਇਤਿਹਾਸਕਾਰ ਨੇ ਉਹ ਇਸ ਨੂੰ ਅਲਜੀਬਾਬਤ ਕਾਲ ਕਹਿ ਕੇ ਇਸ ਦੀ ਜਿਹੜੀ ਪ੍ਰਸ਼ੰਸਾ ਕਰਦੇ ਨੇ ਜੀ ਔਰ ਅੰਗਰੇਜ਼ ਜਿਹੜੇ ਲੇਖਕ ਨੇ ਉਹ ਅਲਜੀਬਾਬਤ ਕਾਲ ਔਰ ਭਾਰਤੀ ਇਤਿਹਾਸਕਾਰ ਜਿਹੜੇ ਨੇ ਉਹ ਇਸ ਨੂੰ ਸੁਨਹਿਰੀ ਯੁੱਗ ਮੰਨਦੇ ਨੇ ਕਿਉਂਕਿ ਇਸ ਦੇ ਦੌਰਾਨ ਆਪਾਂ ਨੂੰ ਪਤਾ ਹੈ ਕਿ ਰਾਜਨੀਤਿਕ ਸਮਾਜਿਕ ਆਰਥਿਕ ਸਮਾਜਿਕ ਤੇ ਸਾਂਸਕ੍ਰਿਤਿਕ ਵਿਕਾਸ ਦੇ ਵਿੱਚ ਜਿਹੜੀ ਹੈ ਅਦਭੁਤ ਉਨਪਤੀ ਜਿਹੜੀ 29 29 ਜਿਹੜੀ ਆ ਉਹ ਹੋਈ ਹੈ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 23 ਗੁਪਤ ਵੰਸ਼ ਦਾ ਕਿਹੜਾ ਪਹਿਲਾ ਸ਼ਾਸਕ ਸੀ ਜਿਸ ਨੇ ਮਹਾਰਾਜਾ ਤਰਾਜ ਦੀ ਉਪਾਧੀ ਧਾਰਨ ਕੀਤੀ ਤਾਂ ਆਪਸ਼ਨ ਬੀ ਸਹੀ ਹੈ ਜੀ ਚੰਦਰਗੁਪਤ ਪਹਿਲਾ ਸ਼ਾਸਕ ਹੈ ਜਿਸ ਨੇ ਮਹਾਰਾਜਾ ਤਰਾਜ ਦੀ ਜਿਹੜੀ ਉਪਾਧੀ ਉਹ ਧਾਰਨ ਕੀਤੀ ਸੀ ਕੁਐਸਚਨ ਨੰਬਰ ਅਗੇ 24 ਹੈ ਜੀ ਗੁਪਤ ਵੰਸ਼ ਦਾ ਰਾਸ਼ਟਰੀ ਚਿੰਨ ਸੀ ਤਾਂ ਗੁਪਤ ਵੰਸ਼ ਦਾ ਜਿਹੜਾ ਰਾਸ਼ਟਰੀ ਚਿੰਨ ਸੀ ਆਪਸ਼ਨ ਸੀ ਹੈ ਜੀ ਗਰੁੜ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 25 ਹੈ ਜੀ ਗੁਪਤ ਕਾਲ ਵਿੱਚ ਕਿੰਨੇ ਪ੍ਰਕਾਰ ਦੀਆਂ ਅਦਾਲਤਾਂ ਸਨ ਤਾਂ ਆਪਸ਼ਨ ਏ ਹੈ ਜੀ ਸੌਰੀ ਆਪਸ਼ਨ ਨਹੀਂ ਬੋਲਨੀ ਕਿਉਂਕਿ ਟਾਈਮ ਬਹੁਤ ਲੱਗੇਗਾ ਉਸਦੇ ਨਾਲ ਸੋ ਤਿੰਨ ਪ੍ਰਕਾਰ ਦੀਆਂ ਸੀ ਜੀ ਅਦਾਲਤਾਂ ਜੇਕਰ ਪੁੱਛਿਆ ਜਾਏ ਉਸਦੇ ਵਿੱਚ ਕੀ ਸੀ ਜੀ ਪਹਿਲੀ ਰਾਜਾ ਦੀ ਅਦਾਲਤ ਜਿਹਨੂੰ ਜਿਹੜਾ ਕੇਂਦਰੀ ਅਦਾਲਤ ਆਪਾਂ ਕਹਿ ਸਕਦੇ ਹਾਂ ਦੂਸਰੀ ਸੀ ਜੀ ਪੂਗ ਜਿਹਨੂੰ ਆਪਾਂ ਨਗਰ ਦੀ ਅਦਾਲਤ ਔਰ ਤੀਸਰੀ ਸੀਗੀ ਜਿਹੜੀ ਹੈ ਕੁੱਲ ਜੀ ਕੁੱਲ ਜਿਹੜੀ ਹੈ ਉਹ ਸੀ ਪਿੰਡ ਦੀ ਅਦਾਲਤ ਜੀ ਕੁਐਸਚਨ ਨੰਬਰ 26 ਹੈ ਜੀ ਨਲੰਦਾ ਵਿਸ਼ਵ ਵਿਦਿਆਲੇ ਦੀ ਸਥਾਪਨਾ ਕੀਤੀ ਬਹੁਤ ਇੰਪੋਰਟੈਂਟ ਹੈ ਜੀ ਆਪਸ਼ਨ ਸੀ ਆਊਗਾ ਜੀ ਆਨਸਰ ਕੁਮਾਰ ਗੁਪਤ ਪਹਿਲੇ ਨੇ ਸੋ ਨਲੰਦਾ ਵਿਸ਼ਵ ਵਿਦਿਆਲਾ ਜਿਹੜਾ ਇੱਕ ਮਹੱਤਵਪੂਰਨ ਸਥਾਨ ਸੀ ਜੀ ਸਿੱਖਿਆ ਦਾ ਔਰ ਜਿਸ ਦੀ ਜਿਹੜੀ ਸਥਾਪਨਾ 5ਵੀਂ ਸਦੀ ਦੇ ਵਿੱਚ ਹੋਈ ਸੀ ਔਰ ਜਿਹੜਾ ਹੈ ਬਿਹਾਰ ਦੇ ਵਿੱਚ ਹੈ ਜੀ ਔਰ ਭਾਰਤੀ ਐਕਸਪੋਰਟ ਜਿਹੜਾ ਆਕਸਫੋਰਡ ਇਸ ਨੂੰ ਕਿਹਾ ਜਾਂਦਾ ਔਰ ਯਾਦ ਰੱਖਣਾ ਇਸ ਦੇ ਨਾਲ ਹੋਰ ਇੰਪੋਰਟੈਂਟ ਕੁਐਸਚਨ ਕਿ ਦੋ ਪ੍ਰਮੁੱਖ ਕੇਂਦਰ ਸੀ ਵਲਬੀ ਤੇ ਨਲੰਦਾ ਸਿੱਖਿਆ ਦੇ ਜੀ ਗੁਪਤ ਕਾਲ ਦੇ ਸਮੇਂ ਔਰ ਨਲੰਦਾ ਵਿਸ਼ਵ ਵਿਦਿਆਲੇ ਨੂੰ ਕੁਮਾਰ ਗੁਪਤ ਪਹਿਲੇ ਨੇ ਹੀ ਜਿਹੜਾ ਹੈ ਇੱਕ ਮਹਾਨ ਵਿਸ਼ਵ ਵਿਦਿਆਲੇ ਦਾ ਰੂਪ ਦਿੱਤਾ ਸੀ ਕੁਐਸਚਨ ਨੰਬਰ 27 ਹੈ ਜੀ ਗੁਪਤ ਸਮਰਾਟ ਕਿਸ ਧਰਮ ਦੇ ਅਨਯਾਈ ਸਨ ਤਾਂ ਆਨਸਰ ਆਏਗਾ ਜੀ ਆਪਸ਼ਨ ਸੀ ਜੀ ਵੈਸ਼ ਮਤ ਦੇ ਜੀ ਹਿੰਦੂ ਧਰਮ ਦੇ ਵੈਸ਼ਮਤ ਦੇ ਨਾਲ ਜਿਹੜਾ ਹੈ ਉਸ ਤੇ ਸੰਬੰਧਿਤ ਸੀ ਜੀ ਔਰ ਵੈਸ਼ਮਤ ਦੇ ਅਣਾਈ ਸੀ ਜੀ ਕੁਐਸਚਨ ਨੰਬਰ 28 ਹੈ ਜੀ ਅਭਿਗਿਆਨ ਸ਼ਕੁੰਤਲਮ ਅਤੇ ਵਿਕਰਮ ਉਸ਼ਵਰੀ ਉਰਵਸ਼ੀ ਗ੍ਰੰਥਾ ਦੀ ਰਚਨਾ ਕੀਤੀ ਤਾਂ ਆਨਸਰ ਆਏਗਾ ਜੀ অপਸ਼ਨ ਡੀ ਕਾਲੀਦਾਸ ਕਾਲੀਦਾਸ ਦੇ ਲਿਖੇ ਹੋਏ ਗ੍ਰੰਥ ਨੇ ਜੀ ਸੋ ਜਿਵੇਂ ਆਪਾਂ ਪਹਿਲਾਂ ਡਿਸਕਸ ਕੀਤਾ ਕਿ ਸੁਨਹਿਰੀ ਯੁੱਗ ਜਿਹੜਾ ਹੈ ਇਸ ਨੂੰ ਕਿਹਾ ਜਾਂਦਾ ਹੈ ਗੁਪਤ ਕਾਲ ਨੂੰ ਕਾਰਨ ਇਹ ਹੀ ਹੈ ਕਿ ਸਹਿਤ ਦਾ ਕਲਾ ਦਾ ਬਹੁਤ ਜ਼ਿਆਦਾ ਜਿਹੜਾ ਹੈ ਵਿਕਾਸ ਹੋਇਆ ਔਰ ਇਸ ਤੋਂ ਇਲਾਵਾ ਕਾਲੀਦਾਸ ਦੇ ਜਿਹੜੇ ਹੋਰ ਇੰਪੋਰਟੈਂਟ ਗ੍ਰੰਥ ਸੀ ਓਸੀਜੀ ਮਾਲ ਵਿਕਾਗ੍ਰੀ ਨਿਮਿਤਤਰ ਰਿਤੂ ਸੰਹਾਰ ਰਗੂਵੰਸ਼ ਔਰ ਮੇਗਦੂਤ ਔਰ ਇਸ ਨੂੰ ਜਿਹੜਾ ਹੈ ਭਾਰਤੀ ਸ਼ੈਕਸਪੀਅਰ ਜੇਕਰ ਪੁੱਛਿਆ ਜਾਏ ਕਿਸ ਨੂੰ ਕਿਹਾ ਜਾਂਦਾ ਹੈ ਤਾਂ ਉਹ ਵੀ ਜਿਹੜਾ ਹੈ ਕਾਲੀਦਾਸ ਨੂੰ ਕਿਹਾ ਜਾਂਦਾ ਸਾਰੇ ਗੁਪਤ ਕਾਲ ਦੇ ਵਿੱਚ ਹੋਏ ਨੇ ਇਸ ਕਰਕੇ ਇਹਨਾਂ ਨੂੰ ਡਿਸਕਸ ਕਰਨਾ ਇੱਕ ਵਾਰੀ ਬਹੁਤ ਜ਼ਰੂਰੀ ਹੈ ਔਰ ਸਭ ਤੋਂ ਜਿਹੜੀ ਉੱਤਮ ਰਚਨਾ ਜਿਹੜਾ ਮੰਨਿਆ ਜਾਂਦਾ ਉਹ ਅਭਿਗਿਆਨ ਸ਼ਕੁੰਤਲਮ ਨੂੰ ਮੰਨਿਆ ਜਾਂਦਾ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ ਜੀ ਔਰ ਇੱਕ ਚੀਜ਼ ਹੋਰ ਯਾਦ ਰੱਖਣੀ ਹੈ ਕਿ ਅਭਿਗਿਆਨ ਸ਼ਕੁੰਤਲਮ ਜਿਹੜਾ ਇਸ ਨੂੰ ਕੇਵਲ ਸੰਸਕ੍ਰਿਤ ਸਾਹਿਤ ਵਿੱਚ ਹੀ ਨਹੀਂ ਸਗੋ ਸੰਸਾਰ ਦੇ ਸਭ ਤੋਂ ਮਹਾਨ ਨਾਟਕਾਂ ਵਿੱਚੋਂ ਜਿਹੜਾ ਇੱਕ ਮੰਨਿਆ ਜਾਂਦਾ ਹੈ ਜੀ। ਅੱਗੇ ਆ ਜੀ ਕੁਐਸਚਨ ਨੰਬਰ ਆਪਣਾ 29 ਸੂਰਿਆ ਸਿਧਾਂਤ ਨਾਮੀ ਗ੍ਰੰਥ ਦੀ ਰਚਨਾ ਕੀਤੀ ਤਾਂ ਇਸ ਦੀ ਜਿਹੜੀ ਰਚਨਾ ਕੀਤੀ ਸੀ ਉਹ ਕੀਤੀ ਸੀ ਜੀ ਆਰੀਆ ਪਟਨੇ ਜੀ ਸੋ ਆਰੀਆ ਪਟ ਵੀ ਜਿਹੜੇ ਹੋਏ ਨੇ ਉਹ ਵੀ ਇਸੇ ਕਾਲ ਦੇ ਦੌਰਾਨ ਹੋਏ ਨੇ ਜੀ ਸੂਰਿਆ ਸਿਧਾਂਤ ਉਹਨਾਂ ਦੀ ਪ੍ਰਮੁੱਖ ਰਚਨਾ ਹੈ ਇਸ ਤੋਂ ਇਲਾਵਾ ਆਰੀਆ ਪੱਟੀਆਂ ਪ੍ਰਮੁੱਖ ਰਚਨਾ ਹੈ ਔਰ ਉਹਨਾਂ ਦਾ ਜਿਹੜਾ ਜਨਮ ਹੈ ਉਹ ਪਾਟਲੀਪੁੱਤਰ ਦੇ ਵਿੱਚ ਹੋਇਆ ਸੀ 476 ਈਸਵੀ ਦੇ ਵਿੱਚ ਕਵੈਸਚਨ ਨੰਬਰ 30 ਹੈ ਜੀ ਅਸ਼ਟਾਂਗ ਸੰਗ੍ਰਹਿ ਨਾਮੀ ਗ੍ਰੰਥ ਦੀ ਰਚਨਾ ਜਿਹੜੀ ਹੈ ਕਿਸ ਨੇ ਕੀਤੀ ਜੀ ਤਾਂ ਇਸ ਦਾ ਜਿਹੜਾ ਸਹੀ ਆਨਸਰ ਆਏਗਾ ਜੀ অপਸ਼ਨ ਸੀ ਜੀ ਵਾਨਪਟ ਜਾਂ ਵਾਗਪਟ ਜਿਹੜਾ ਹੈ ਕਿਹਾ ਜਾਂਦਾ ਹੈ ਜੀ ਜਿਨ੍ਹਾਂ ਨੇ ਅਸ਼ਟਾਂਗ ਗ੍ਰਹਿ ਦੀ ਰਚਨਾ ਕੀਤੀ ਔਰ ਮਹਾਨ ਚਿਕਿਤਸਕ ਸੀ ਜੀ ਸੋ ਯਾਦ ਰੱਖਣਾ ਗੁਪਤ ਕਾਲ ਦੇ ਵਿੱਚ ਚਿਕਿਤਸਾ ਵਿਗਿਆਨ ਵੀ ਜਿਹੜਾ ਹੈ ਕਾਫੀ ਉਨਤ ਹੋਇਆ ਔਰ ਪ੍ਰਸਿੱਧ ਚਿਕਿਤਸਕ ਜਾਂ ਆਯੁਰਵੈਦਿਕ ਆਚਾਰੀਆ ਸੀ ਜੀ ਵਾਗਪਟ ਜਾਂ ਵਾਣਪਟ ਕਿਹਾ ਜਾਂਦਾ ਹੈ ਜੀ ਔਰ ਉਹਨਾਂ ਨੇ ਜਿਹੜਾ ਹੈ ਅਸਤਾਂਗ ਸੰਗ੍ਰਹਿ ਜੋ ਕਿ ਆਯੁਰਵੈਦਿਕ ਇਲਾਜ ਬਾਰੇ ਆ ਜੀ ਸੋ ਉਸ ਦੀ ਜਿਹੜੀ ਰਚਨਾ ਕੀਤੀ ਔਰ ਇਸ ਦੇ ਵਿੱਚ ਉਹਨਾਂ ਨੇ ਪਿਛਲੇ ਯੁੱਗ ਦੇ ਜਿਹੜੇ ਦੋ ਮਹਾਨ ਚਿਕਿਤਸਕ ਸੀ ਜੀ ਚੱਕਰ ਤੇ ਸੁਸਰੂਤ ਸੋ ਉਹਦੇ ਸਿਧਾਂਤਾਂ ਦਾ ਜਿਹੜਾ ਨਿਚੋੜ ਹੈ ਇਸ ਤਾਂਗ ਸੰਗ੍ਰਹਿ ਦੇ ਵਿੱਚ ਦਿੱਤਾ ਸੀ ਜੀ ਕੁਐਸਚਨ ਆ ਸਕਦਾ ਹੈ ਅਸਟਾਂਗ ਗ੍ਰਹਿ ਦਾ ਸੰਗ੍ਰਹਿ ਦਾ ਸੌਰੀ ਸਬੰਧ ਕਿਹਦੇ ਨਾਲ ਹੈ ਤਾਂ ਚਿਕਿਤਸਕ ਵਿਗਿਆਨ ਦੇ ਨਾਲ ਸਬੰਧ ਹੈ ਰਚਨਾ ਹੈਗੀ ਇਹ ਵਾਗਪਟ ਜਾਂ ਵਾਣਪਟ ਲਿਖਿਆ ਹੋ ਸਕਦਾ ਹੈ ਅਯੁਰਿਕ ਆਯੁਰਵੈਦਿਕ ਇਲਾਜ ਦੇ ਨਾਲ ਸੰਬੰਧਿਤ ਹੈ ਔਰ ਇਹ ਚੱਕਰ ਤੇ ਸੁਸਰੂਤ ਦੇ ਜਿਹੜੇ ਸਿਧਾਂਤ ਨੇ ਉਹਨਾਂ ਦਾ ਨਿਚੋੜ ਹੈ ਜੀ ਕੁਐਸਚਨ ਨੰਬਰ ਕਿ 31 ਹੈ ਜੀ ਹਸਤਯਾ ਯੂਰਵੇਦ ਗ੍ਰੰਥ ਦੀ ਰਚਨਾ ਕੀਤੀ ਜੀ ਤਾਂ ਇਸ ਦੀ ਰਚਨਾ ਕੀਤੀ ਸੀ ਜੀ অপਸ਼ਨ B ਪਾਲ ਕਾਸ਼ਿਆ ਨੇ ਜੀ ਪਾਲ ਕਾਸ਼ਿਆ ਨੇ ਜਿਹੜੀ ਹਸਤਿਆ ਯੁਰਵੇਦ ਦੀ ਰਚਨਾ ਕੀਤੀ ਸੀ ਔਰ ਇਸ ਦਾ ਜਿਹੜਾ ਸਬੰਧ ਹੈ ਉਹ ਪਸ਼ੂ ਚਿਕਿਤਾ ਦੇ ਨਾਲ ਹੈ ਜੀ ਕੁਐਸਚਨ ਨੰਬਰ 32 ਹੈ ਜੀ ਦਸ਼ ਗੀਤਕ ਸੂਤਰ ਤੇ ਆਰਿਆ ਸ਼ਸਤਰ ਨਾਮੀ ਗ੍ਰੰਥ ਲਿਖੇ ਇਹ ਵੀ ਜਿਹੜੇ ਗ੍ਰੰਥ ਲਿਖੇ ਨੇ ਜੀ ਆਰਿਆ ਪਟ ਨੇ ਲਿਖੇ ਨੇ ਜੀ ਦਸ਼ ਗੀਕਤ ਸੂਤਰ ਤੇ ਆਰਿਆ ਸ਼ਸਤ ਨੂੰ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 33 ਦਸ਼ਮਲ ਪ੍ਰਾਣੀ ਅਤੇ ਸ਼ੂਨਿਆਂ ਬਾਦ ਸੋ ਜ਼ੀਰੋ ਦਾ ਸਿਧਾਂਤ ਔਰ ਜਿਹੜਾ ਹੈ ਡੈਸੀਮਲ ਸਿਸਟਮ ਹੈ ਕਿਸ ਨੇ ਦਿੱਤਾ ਜੀ ਤਾਂ ਇਹ ਵੀ ਦਿੱਤਾ ਜੀ ਗੁਪਤ ਕਾਲ ਦੇ ਮਹਾਨ ਜਿਹੜਾ ਹੈ ਖਗੋਲ ਵਿਗਿਆਨੀ ਆਰੀਆ ਪਟਨੇ ਜੀ ਔਰ ਉਹਨਾਂ ਦੀ ਜਿਹੜੀ ਆਰੀਆ ਪੱਟਿਆ ਬੁੱਕ ਹੈ ਜੀ ਉਸ ਦੇ ਵਿੱਚ ਉਹਨਾਂ ਨੇ ਅੰਕ ਗਣਿਤ ਰੇਖਾ ਗਣਿਤ ਤੇ ਬੀਜ ਗਣਿਤ ਦਾ ਜਿਹੜਾ ਵਿਸ਼ਿਆਂ ਦਾ ਵਰਣਨ ਕੀਤਾ ਸੀ ਜੀ ਔਰ ਪਹਿਲਾ ਵਿਅਕਤੀ ਸੀ ਜਿਸ ਨੇ ਗਣਿਤ ਨੂੰ ਇੱਕ ਸੁਤੰਤਰ ਵਿਸ਼ੇ ਦਾ ਜਿਹੜਾ ਰੂਪ ਹੈ ਉਹ ਦਿੱਤਾ ਔਰ ਗਣਿਤ ਦੇ ਖੇਤਰ ਦੇ ਵਿੱਚ ਜਿਹੜਾ ਹੈ ਸਭ ਤੋਂ ਮਹਾਨ ਦੇਣ ਜਿਹੜੀ ਉਹਨਾਂ ਦੀ ਦਰਸ਼ਨਾ ਜਾਂ ਜਿਹਨੂੰ ਆਪਾਂ ਇਸ਼ਾਰੀਆ ਪ੍ਰਣਾਲੀ ਜਾਂ ਡੈਸੀਮਲ ਸਿਸਟਮ ਜਿਹੜਾ ਕਹਿੰਦੇ ਆ ਉਹ ਦਿੱਤਾ ਜੀ ਅੱਗੇ ਆ ਜੀ ਕੁਐਸਚਨ ਨੰਬਰ ਆਪਣਾ 34 ਜੀ ਪਹਿਲਾ ਖਗੋਲ ਸ਼ਾਸਤਰੀ ਜਿਸ ਨੇ ਖੋਜ ਕੀਤੀ ਕਿ ਧਰਤੀ ਆਪਣੀ ਤੁਰੀ ਦੇ ird gird ਚਾਰੇ ਪਾਸੇ ਘੁੰਮਦੀ ਹੈ ਤਾਂ ਉਹ ਵੀ ਜਿਹੜਾ ਖਗੋਲ ਸ਼ਾਸਤਰੀ ਹੈ ਜੀ ਆਪਸ਼ਨ ਸੀ ਹੈ ਜੀ ਆਰੀਆ ਪਟ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 35 गुप्त काल ਦਾ ਦੂਸਰਾ ਮਹਾਨ ਖਗੋਲ ਵਿਗਿਆਨੀ ਸੀ ਤਾਂ ਦੂਸਰਾ ਮਹਾਨ ਖਗੋਲ ਵਿਗਿਆਨੀ ਸੀ ਜੀ অপਸ਼ਨ ਬੀ ਅਨਸਰ ਆਏਗਾ ਵਰਾ ਮਿਹਰ ਰਸਤਿਆਂ ਜਿਹੜੀਆਂ ਪ੍ਰਸਿੱਧ ਪੁਸਤਕਾਂ ਸੀ ਉਹ ਸੀ ਪੰਚ ਸਿਧਾਂਤਗਾ ਔਰ ਇਸ ਤੋਂ ਇਲਾਵਾ ਜਿਹੜਾ ਹੈ ਬ੍ਰਹਮ ਸਹਿਤਾ ਤੇ ਯੋਗ ਯਾਤਰਾ ਜੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਕਾਲੀ ਭਾਰਤ ਵਿੱਚ ਪ੍ਰਚਲਿਤ ਖਗੋਲ ਵਿਗਿਆਨ ਸਬੰਧੀ ਸਿਧਾਂਤਾਂ ਦਾ ਜਿਹੜਾ ਵਰਣਨ ਹੈ ਉਹ ਕੀਤਾ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ ਆਪਣਾ 36 ਹੈ ਜੀ ਕਿਸ ਨੇ ਨਿਊਟਨ ਨਾਲੋਂ ਸਦੀਆਂ ਪਹਿਲਾਂ ਇਹ ਖੋਜ ਕੀਤੀ ਕਿ ਸਾਰੀਆਂ ਚੀਜ਼ਾਂ ਕੁਦਰਤ ਦੇ ਨਿਯਮ ਅਨੁਸਾਰ ਧਰਤੀ ਉੱਤੇ ਡਿੱਗਦੀਆਂ ਹਨ ਕਿਉਂਕਿ ਧਰਤੀ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਚੀਜ਼ਾਂ ਨੂੰ ਆਪਣੇ ਵੱਲ ਖਿੱਚਦੀ ਹੈ ਜੀ ਤਾਂ ਇਸ ਦਾ ਆਨਸਰ ਆਏਗਾ ਜੀ অপਸ਼ਨ ਬੀ ਜੀ ਬ੍ਰਹਮਗੁਪਤ ਤੋ ਤਿੰਨੋਂ ਪ੍ਰਸਿੱਧ ਜਿਹੜੇ ਨੇ ਖਗੋਲ ਵਿਗਿਆਨੀ ਵੀ ਇਸ ਕਾਲ ਦੇ ਵਿੱਚ ਹੋਏ ਗੁਪਤ ਕਾਲ ਦੇ ਵਿੱਚ ਇਸੇ ਕਰਕੇ ਇਸ ਨੂੰ ਜਿਹੜਾ ਸਨਹਿਰੀ ਕਿਹਾ ਜਾਂਦਾ ਜੀ ਪਹਿਲੇ ਨੰਬਰ ਤੇ ਆਰੀਆ ਪੱਟ ਦੂਸਰੇ ਤੇ ਸੀ ਜੀ ਵਰਾਹ ਮਿਹਰ ਔਰ ਤੀਸਰੇ ਤੇ ਬ੍ਰਹਮ ਗੁਪਤ ਜੀ ਔਰ ਵਾਗ ਪੱਟ ਜਿਹੜਾ ਪ੍ਰਸਿੱਧ ਚਿਕਿਤਸਕ ਸੀ ਜੀ ਕੁਐਸਚਨ ਨੰਬਰ ਕਿਹੜਾ 37 ਹੈ ਜੀ ਗੁਪਤ ਕਾਲ ਦੇ ਪ੍ਰਸਿੱਧ ਮੰਦਰ ਸਨ ਤਾਂ ਇਸ ਦਾ ਆਨਸਰ ਆਏਗਾ ਜੀ ਉਪਰੋਕਤ ਸਾਰੇ ਜੀ ਭੂਮਰਾ ਦਾ ਸ਼ਿਵ ਮੰਦਰ ਪਰ ਉਸ ਤੋਂ ਬਾਅਦ ਆ ਜੀ ਦੇਵਗੜ ਦਾ ਦਸ਼ਵਤਾਰ ਮੰਦਿਰ ਜੀ ਸੋ ਜਿਹੜਾ ਹੈਗਾ ਇਹ ਹੈਗਾ ਦਸ਼ਵਤਾਰ ਮੰਦਿਰ ਛਾਂਸੀ ਜ਼ਿਲ੍ਹੇ ਵਿੱਚ ਜੀ ਔਰ ਉਸ ਤੋਂ ਬਾਅਦ ਹੈਗੀ ਜੀ ਨਾਚਰਾ ਕੋਠਾਰਾ ਦਾ ਪਾਰਵਤੀ ਮੰਦਿਰ ਅਜੇਗੜ ਦੇ ਵਿੱਚ ਹੈ ਔਰ ਭੀਰਵ ਗਾਮ ਦਾ ਮੰਦਿਰ ਔਰ ਪਿਗਾਵਾ ਦਾ ਵਿਸ਼ਨੂ ਮੰਦਿਰ ਜੀ ਸੋ ਸਾਰੇ ਪ੍ਰਸਿੱਧ ਜਿਹੜਾ ਮੰਦਰ ਕਲਾ ਉਸ ਸਮੇਂ ਗੁਪਤ ਕਾਲ ਦੇ ਸਮੇਂ ਜਿਹੜੇ ਮੰਦਰ ਪੱਥਰਾਂ ਜਾਂ ਪੱਕੀਆਂ ਇੱਟਾਂ ਦੇ ਬਣਾਏ ਜਾਂਦੇ ਸੀ ਔਰ ਇਹਨਾਂ ਵਿੱਚ ਸਤੰਭਾਂ ਦੀ ਜਿਹੜੀ ਵਰਤੋਂ ਉਹ ਕੀਤੀ ਜਾਂਦੀ ਸੀ ਔਰ ਮੰਦਰ ਦੇ ਅੰਦਰ ਜਿਹੜਾ ਗਰਭਗ੍ਰਹਿ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਿਤ ਕੀਤੀਆਂ ਜਾਂਦੀਆਂ ਸੀ ਜੀ ਮੁੱਖ ਵਿਸ਼ੇਸ਼ਤਾ ਇਹ ਸਨ ਕਿ ਆਮ ਤੌਰ ਤੇ ਜਿਹੜੇ ਮੰਦਰ ਨੇ ਚੌਰਸ ਹੁੰਦੇ ਸਨ ਚਬੂਤਰੇ ਤੇ ਬਣਾਏ ਜਾਂਦੇ ਸਨ ਮੰਦਰ ਵਿੱਚ ਪ੍ਰਵੇਸ਼ ਕਰਨ ਤੋਂ ਪਹਿਲਾਂ ਡਿਊਟੀ ਹੁੰਦੀ ਸੀ ਔਰ ਜਿਹੜਾ ਐਤਿਕਾਰ ਹੁੰਦੀ ਸੀ ਔਰ ਡਿਊਟੀ ਵਿੱਚ ਜਾਣ ਲਈ ਪੌੜੀਆਂ ਹੁੰਦੀਆਂ ਸਨ ਕੁਝ ਮੰਦਰਾਂ ਜਿਵੇਂ ਦੇਵਗੜ੍ਹ ਦਾ ਜਿਹੜਾ ਹੈ ਦਸ਼ਵਤਾਰ ਮੰਦਰ ਹੈ ਉਹਨਾਂ ਦੇ ਚਬੂਤਰੇ ਦੇ ਚੌਂ ਪਾਸੇ ਜਿਹੜੇ ਪੌੜੀਆਂ ਉਹ ਬਣਾਏ ਜਾਂਦੇ ਸੀ ਸੋ ਇਹ ਜਿਹੜੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਸੀ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 38 ਹੈ ਜੀ ਸਾਰਨਾਥ ਦਾ ਸਤੂਪ ਉੱਚਾ ਹੈ ਤਾਂ ਅਨਸਰ ਆਏਗਾ ਜੀ অপਸ਼ਨ B 128 ਫੁੱਟ ਜੀ ਸੋ ਸਤੂਪ ਵੀ ਬਣਵਾਏ ਜੀ ਨਿਰਮਾਣ ਕਰਵਾਇਆ ਜਿਹਦੇ ਵਿੱਚ ਦੋ ਪ੍ਰਮੁੱਖ ਨੇ ਜੀ ਇੱਕ ਤਾਂ ਮੀਰਪੁਰ ਦਾ ਖਾਸ ਸਤੂਪ ਔਰ ਦੂਸਰਾ ਹੈ ਜੀ ਸਾਰਨਾਥ ਵਿਖੇ ਜਿਹੜਾ ਹੈ ਤਾਂ ਮੇ ਇੱਕ ਸਤੂਪ ਜੀ ਔਰ ਸਾਰਨਾਥ ਦਾ ਜਿਹੜਾ ਸਤੂਪ ਹੈ 128 ਫੁੱਟ ਉੱਚਾ ਹੈ ਤੇ ਇਸ ਦੇ ਜਿਹੜਾ ਬਾਹਰ ਚਾਰ ਸਥਾਨਾਂ ਜਾਂ ਆਲਿਆਂ ਦੀ ਜਿਹੜੀ ਵਿਵਸਥਾ ਕੀਤੀ ਗਈ ਹੈ ਜਿਨ੍ਹਾਂ ਦੇ ਵਿੱਚ ਮਹਾਤਮਾ ਬੁੱਧ ਦੀ ਮੂਰਤੀ ਜਿਹੜੀ ਆ ਉਹ ਰੱਖੀ ਗਈ ਹੈ ਜੀ। ਕੁਐਸਚਨ ਨੰਬਰ 39 ਹੈ ਜੀ ਗੁਪਤ ਕਾਲ ਵਿੱਚ ਪਾਟਲੀਪੁੱਤਰ ਸਕੂਲ ਦੇ ਕਿਸ ਪ੍ਰਕਾਰ ਦੀਆਂ ਮੂਰਤੀਆਂ ਬਣਾਉਣ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ? ਤਾਂ ਆਨਸਰ ਆਏਗਾ ਜੀ অপਸ਼ਨ ਸੀ ਜੀ। ਧਾਤ ਦੀਆਂ ਮੂਰਤੀਆਂ ਜੀ। ਸੋ ਸਾਰਨਾਥ ਤਿੰਨ ਸਕੂਲ ਸੀ ਜੀ ਯਾਦ ਰੱਖਣਾ। ਗੁਪਤ ਕਾਲ ਦੇ ਵਿੱਚ ਮੂਰਤੀ ਕਲਾ ਦੇ ਤਿੰਨ ਵੱਖ-ਵੱਖ ਕੇਂਦਰ ਕਹਿ ਸਕਦੇ ਆ ਜਾਂ ਸਕੂਲ ਕਹਿ ਸਕਦੇ ਆ ਜੀ। ਅਮ ਸੀਗੇ ਜੀ ਜਿਸ ਦੇ ਵਿੱਚ ਸਾਰਨਾਥ, ਬਨਾਰਸ ਔਰ ਉਸ ਤੋਂ ਬਾਅਦ ਹੈ ਮਥਰਾ ਤੇ ਪਾਟਲੀਪੁੱਤਰ। ਸਾਰਨਾਥ ਬਨਾਰਸ ਦੇ ਵਿੱਚ ਹੈ ਜੀ ਜਾਂ ਬਨਾਰਸ ਕਹਿ ਲੋ। ਮਥਰਾ ਤੇ ਪਾਟਲੀਪੁੱਤਰ। ਸਾਰਨਾਥ ਜਿਹੜਾ ਸਕੂਲ ਸੀ ਉਹ ਗੰਧਾਰ ਕਲਾ ਦੇ ਪ੍ਰਭਾਵ ਤੋਂ ਪੂਰਨ ਤੌਰ ਤੇ ਮੁਕਤ ਸੀ। ਔਰ ਮਥਰਾ ਸਕੂਲ ਦੇ ਵਿੱਚ ਗਧਾਰ ਕਲਾ ਦਾ ਪ੍ਰਭਾਵ ਕੁਝ ਹੱਦ ਤੱਕ ਸਪਸ਼ਟ ਨਜ਼ਰ ਆਉਂਦਾ ਔਰ ਪਾਟਲੀਪੁੱਤਰ ਸਕੂਲ ਹੈ ਜਿਹੜਾ ਉਸਨੇ ਧਾਤਾਂ ਦੀਆਂ ਜਿਹੜੀਆਂ ਮੂਰਤੀਆਂ ਨੇ ਸੋ ਉਹ ਬਣਾਉਣ ਦੇ ਵਿੱਚ ਪ੍ਰਸਿੱਧੀ ਪ੍ਰਾਪਤ ਕੀਤੀ ਧਾਤ ਦੀਆਂ ਮੂਰਤੀਆਂ ਜੀ ਇਹ ਹੋਰ ਯਾਦ ਰੱਖਣਾ ਹੈ ਮੂਰਤੀ ਕਲਾ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਦੇ ਵਿੱਚ ਜਿਹੜੇ ਇੰਪੋਰਟੈਂਟ ਚੀਜ਼ਾਂ ਨੇ ਮੌਰੀਆ ਕਾਲ ਦੇ ਵਿੱਚ ਜ਼ਿਆਦਾਤਰ ਮੂਰਤੀਆਂ ਜਿਹੜੀਆਂ ਨੇ ਪਸ਼ੂਆਂ ਦੀਆਂ ਬਣਾਈਆਂ ਜਾਂਦੀਆਂ ਸਨ ਪਰਤੂ ਗੁਪਤ ਕਾਲ ਦੇ ਵਿੱਚ ਮਨੁੱਖਾਂ ਤੇ ਦੇਵੀ ਦੇਵੀ ਦੇਵਤਿਆਂ ਦੀ ਜਿਹੜੀਆਂ ਮੂਰਤੀਆਂ ਨੇ ਸੌਰੀ ਦੇਵਤਿਆਂ ਦੀਆਂ ਜਿਹੜੀਆਂ ਮੂਰਤੀਆਂ ਨੂੰ ਵਧੇਰੇ ਮਹੱਤਵ ਉਹਨਾਂ ਨੂੰ ਦਿੱਤਾ ਜਾਂਦਾ ਸੀ ਔਰ ਇਸ ਤੋਂ ਇਲਾਵਾ ਜਿਹੜਾ ਗੁਪਤ ਕਾਲ ਦੀਆਂ ਮੂਰਤੀਆਂ ਦੇ ਵਿੱਚ ਜਿਹੜਾ ਹੈ ਨੰਗਾਪਨ ਜਿਹੜਾ ਤਿਆਗ ਦਿੱਤਾ ਗਿਆ ਤੇ ਮੂਰਤੀਆਂ ਨੂੰ ਕੱਪੜਿਆਂ ਤੇ ਗਹਿਣਿਆਂ ਸਹਿਤ ਜਿਹੜਾ ਬਣਾਇਆ ਜਾਣ ਲੱਗਾ ਜੀ ਸੋ ਇਹ ਮਹੱਤਵਪੂਰਨ ਜਿਹੜੀਆਂ ਵਿਸ਼ੇਸ਼ਤਾਵਾਂ ਸੀ ਔਰ ਇੱਕ ਹੋਰ ਇੰਪੋਰਟੈਂਟ ਚੀਜ਼ ਸੀ ਕਿ ਕੁਸ਼ਾਨ ਕਾਲ ਦੀ ਜਿਹੜੀ ਗੰਧਾਰ ਕਲਾ ਦੇ ਵਿੱਚ ਯੂਨਾਨੀ ਪ੍ਰਭਾਵ ਪ੍ਰਬਲ ਸੀ ਪਰੰਤੂ ਗੁਪਤ ਕਾਲ ਦੀਆਂ ਜਿਹੜੀਆਂ ਮੂਰਤੀਆਂ ਸੀ ਖਾਸ ਤੌਰ ਤੇ ਜਿਹੜੀਆਂ ਸਾਰਨਾਥ ਦੀਆਂ ਮੂਰਤੀਆਂ ਨੇ ਉਹਨਾਂ ਦੇ ਵਿੱਚੋਂ ਜਿਹੜਾ ਵਿਦੇਸ਼ੀ ਪ੍ਰਭਾਵ ਦਾ ਨਾਮੋ ਨਿਸ਼ਾਨ ਬਿਲਕੁਲ ਮਿਟ ਗਿਆ ਔਰ ਇਹਨਾਂ ਦਾ ਸਰੂਪ ਜਿਹੜਾ ਸ਼ੁੱਧ ਭਾਰਤੀ ਹੋ ਗਿਆ ਜੀ ਔਰ ਗੁਪਤ ਸ਼ਾਸਕਾਂ ਦੀ ਧਾਰਮਿਕ ਸ਼ੈਨਸ਼ੀਲਤਾ ਦੀ ਨੀਤੀ ਦੇ ਕਾਰਨ Hindu ਦੇਵੀ ਦੇਵਤਿਆਂ ਤੋਂ ਇਲਾਵਾ ਬੁੱਧ ਤੇ ਬੋਧੀ ਸਤਵਾਂ ਤੇ ਮਹਾਵੀਰ ਦੀਆਂ ਮੂਰਤੀਆਂ ਦਾ ਨਿਰਮਾਣ ਵੀ ਜਿਹੜਾ ਉਹ ਹੋਇਆ ਜੀ। ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 40 ਗੁਪਤ ਕਾਲ ਦੌਰਾਨ ਬਣਿਆ ਮਹਾਤਮਾ ਬੁੱਧ ਦਾ ਤਾਂਬੇ ਦਾ 7.5 ਫੁੱਟ ਉੱਚੀ ਮੂਰਤੀ ਜਿਹੜੀ ਹੈ ਕਿੱਥੋਂ ਮਿਲੀ ਹੈ ਜੀ? ਆਨਸਰ ਆਏਗਾ ਜੀ ਆਪਸ਼ਨ A ਜੀ। ਸੁਲਤਾਨ ਗੰਜ ਜੀ। ਸੁਲਤਾਨ ਗੰਜ ਤੋਂ ਜਿਹੜੀ ਤਾਂਬੇ ਦੀ ਮੂਰਤੀ ਮਿਲੀ ਹੈ ਜੀ 7.5 ਫੁੱਟ ਖੜੇ ਹੋਏ ਮਹਾਤਮਾ ਬੁੱਧ ਦੀ ਜਿਹੜੀ ਮੂਰਤੀ ਹੈ ਜੀ ਦੋ ਮੂਰਤੀਆਂ ਮਿਲੀਆਂ ਨੇ ਜੀ। ਪਾਟਲੀਪੁੱਤਰ ਸਕੂਲ ਦੇ ਨਾਲ ਸੰਬੰਧਿਤ ਇੱਕ ਸੁਲਤਾਨਗੰਜ ਅ ਔਰ ਦੂਸਰੀ ਜਿਹੜੀ ਹੈ ਉਹ ਮਿਲੀ ਹੈ ਨਲੰਦਾ ਦੇ ਅੱਗੇ ਹੈ ਜੀ ਕੁਐਸਚਨ ਨੰਬਰ 41 ਮਥਰਾ ਵਿਖੇ ਮਹਾਤਮਾ ਮਹਾਵੀਰ ਦੀ ਪਦਮਾਸਮ ਅਵਸਥਾ ਵਿੱਚ ਮਿਲੀ ਮੂਰਤੀ ਦਾ ਨਿਰਮਾਣ ਕਿਸ ਸ਼ਾਸਕ ਸਮੇਂ ਹੋਇਆ ਆਨਸਰ ਆਏਗਾ ਜੀ অপਸ਼ਨ ਬੀ ਕੁਮਾਰ ਗੁਪਤ ਪਹਿਲੇ ਦੇ ਸਮੇਂ ਜਿਹੜਾ ਹੈ ਹੋਇਆ ਜੀ ਔਰ ਇਹ 432-33 ਈਸਵੀ ਦੇ ਵਿੱਚ ਜਿਹੜਾ ਇਸ ਦਾ ਨਿਰਮਾਣ ਉਹ ਹੋਇਆ ਸੀ ਜੀ ਔਰ ਇਹ ਮਹਾਤਮਾ ਬੁੱਧ ਦੀ ਜਿਹੜੀ ਮਨਕੁਵਾਰ ਇਲਾਹਾਬਾਦ ਵਿਖੇ ਮੂਰਤੀ ਮਿਲੀ ਉਸਦੇ ਨਾਲ ਮਿਲਦੀ ਜੁਲਦੀ ਹੈ ਦੋਹਾਂ ਮੂਰਤੀਆਂ ਤੇ ਗੰਧਾਰ ਕਲਾ ਦਾ ਪ੍ਰਭਾਵ ਜਿਹੜਾ ਨਜ਼ਰ ਆਉਂਦਾ ਰ ਇਹਨਾਂ ਦੋਹਾਂ ਮੂਰਤੀਆਂ ਦੇ ਵਿਚਾਰ ਨਾਲ ਤੇ ਬੁੱਧ ਦੀ ਮੂਰਤੀ ਵਰਗੀ ਸਾਜ ਤੱਜ ਸੰਵੇਦਨਸ਼ੀਲਤਾ ਤੇ ਅਧਿਆਤਮਕਤਾ ਦੀ ਘਾਟ ਹੈ ਜੀ ਕੁਐਸਚਨ ਨੰਬਰ ਅੱਗੇ ਹੈ ਜੀ 42 ਅਜੰਤਾ ਦੀਆਂ ਗੁਫਾਵਾਂ ਵਿੱਚ ਕਿਸ ਗੁਫਾ ਵਿੱਚ ਮਰ ਰਹੀ ਰਾਜਕੁਮਾਰੀ ਦਾ ਚਿੱਤਰ ਹੈ অপশন এ হ্যায় জি 16 ਨੰਬਰ B ਹੈ 17 ਨੰਬਰ C ਹੈ জি 20 ਨੰਬਰ D ਹੈ জি ਇਹਨਾਂ ਵਿੱਚੋਂ ਕੋਈ ਨਹੀਂ ਸੋ ਗੁਪਤ ਕਾਲ ਭਾਰਤੀ ਇਤਿਹਾਸ ਦੇ ਵਿੱਚ ਚਿੱਤਰ ਕਲਾ ਦੇ ਅਤਿਪੂਤ ਵਿਕਾਸ ਦੇ ਲਈ ਪ੍ਰਸਿੱਧ ਹੈ ਜਿਸ ਤਾ ਇੱਕ ਜਿਹੜਾ ਨਮੂਨਾ ਅਜੰਤਾ ਦੇ ਚਿੱਤਰ ਜਾਂ ਅਜੰਤਾ ਦੀਆਂ ਗੁਫਾਵਾਂ ਨੇ ਜੀ ਜੋ ਕਿ ਔਰੰਗਾਬਾਦ ਤੋਂ 100 ਕਿਲੋਮੀਟਰ ਦੀ ਦੂਰੀ ਤੇ ਸਥਿਤ ਨੇ ਔਰ ਇਹਨਾਂ ਦੇ ਉੱਤੇ ਜਿਹੜਾ ਹੈ ਦੁਵਾਰਾਂ ਦੇ ਉੱਤੇ ਕਈ ਰੰਗਾਂ ਦੇ ਵੱਖ-ਵੱਖ ਕਿਸਮ ਦੇ ਚਿੱਤਰ ਬਣਾਏ ਗਏ ਨੇ ਜਿਵੇਂ ਮਹਾਤਮਾ ਗੁੱਧ ਦੇ ਜੀਵਨ ਦੇ ਨਾਲ ਘਟਨਾਵਾਂ ਸੰਬੰਧੀ ਚਿੱਤਰ ਦੇਵੀ-ਦੇਵਤਿਆਂ ਦੇ ਚਿੱਤਰ ਅਪਸਰਮਾਂ ਦੇ ਚਿੱਤਰ ਰਾਜਿਆਂ ਰਾਜਕੁਮਾਰਾਂ ਰਾਜਕੁਮਾਰੀਆਂ ਦੇ ਰਹਿਣ ਸਹਿਣ ਦੇ ਚਿੱਤਰ ਸਰਦਾਰਾਂ ਯੋਧਿਆਂ ਦੇ ਸ਼ਿਕਾਰ ਖੇਡਣ ਦੇ ਚਿੱਤਰ ਸਾਧੂਆਂ ਭੁਖਾਰੀਆਂ ਇਦਾਂ ਦੇ ਜਿਹੜੇ ਚਿੱਤਰ ਨੇ ਪਸ਼ੂ ਪੰਛੀਆਂ ਦੇ ਬਣਾਏ ਗਏ ਨੇ ਔਰ ਇਹਨਾਂ ਦੇ ਵਿੱਚੋਂ ਜਿਹੜਾ ਮਾਰ ਰਹੀ ਰਾਜਕੁਮਾਰੀ ਦਾ ਚਿੱਤਰ ਹੈ ਉਹ ਗੁਫਾ ਨੰਬਰ 16 ਦੇ ਵਿੱਚ ਬਣਾਇਆ ਗਿਆ ਸੋ ਜਿਸ ਦੇ ਇर्द-ਗਿਰਦ ਕੁਝ ਦਾਸੀਆਂ ਦੇ ਵਿਅਕਤੀਆਂ ਨੂੰ ਸ਼ੋਕ ਭਾਵਨਾਵਾਂ ਸਹਿਤ ਜਿਹੜਾ ਦਰਸਾਇਆ ਗਿਆ ਬਹੁਤ ਹੀ ਸ਼ਿਲੰਘਾਯੋਗ ਜਿਹੜਾ ਇਸ ਨੂੰ ਮੰਨਿਆ ਜਾਂਦਾ ਹੈ ਕਵੈਸਚਨ ਨੰਬਰ ਕਿ 43 ਹੈ ਜੀ ਦੇਵੀ ਚੰਦਰ ਗੁਪਤਮ ਇਤਿਹਾਸਕ ਨਾਟਕ ਦਾ ਲੇਖਕ ਹੈ ਤਾਂ ਇਸ ਦਾ ਵੀ ਜਿਹੜਾ ਲੇਖਕ ਹੈ ਜੀ ਉਹ ਆਪਸ਼ਨ ਬੀ ਹੈ ਜੀ ਵਿਸ਼ਾਖਾ ਦੱਤ ਦਾ ਲਿਖਿਆ ਹੋਇਆ ਹੈ ਇਹ ਵੀ ਦੇਵੀ ਚੰਦਰ ਗੁਪਤਮ ਇਤਿਹਾਸਕ ਨਾਟਕ ਨੇ ਜੀ ਦੋ ਮੁਦਰਾ ਰਾਖਸ਼ ਤੇ ਦੇਵੀ ਚੰਦਰ ਨੂੰ ਚੰਦਰ ਗੁਪਤਮ ਦੀ ਸੋ ਜਿਹੜਾ মুদ্রা ਰਾਖਸ਼ ਹੈ ਉਸ ਦੇ ਵਿੱਚ ਚੰਦਰਗੁਪਤ ਮੌਰੀਆ ਦੇ ਵੰਸ਼ ਤੇ ਉਸ ਦੀ ਕੋਟਲਿਆ ਦੀ ਸਹੈਤਾ ਨਾਲ ਆਨੰਦ ਵੰਸ਼ ਵਿਰੁੱਧ ਰਚੀ ਸਾਸ਼ਟ ਦਾ ਵਿਸਤਾਰਪੂਰਵਕ ਵਰਣਨ ਹੈ ਔਰ ਜਿਹੜਾ ਦੇਵੀ ਚੰਦਰਮ ਗੁਪਤ ਹੈ ਉਸ ਦੇ ਵਿੱਚ ਸਮੁੰਦਰ ਗੁਪਤ ਦੇ ਵੱਡੇ ਪੁੱਤਰ ਰਾਮ ਗੁਪਤ ਤੇ ਰਾਜਕਾਲ ਦਾ ਜਿਹੜਾ ਵਰਣਨ ਉਹ ਮਿਲਦਾ ਹੈ ਜੀ ਕੁਐਸਚਨ ਨੰਬਰ ਕਿਹੜਾ ਚਾਲੇ ਜੀ ਇਲਾਹਾਬਾਦ ਦੇ ਸਤੰਭ ਲੇਖ ਦੀ ਰਚਨਾ ਕੀਤੀ ਤਾਂ ਇਸ ਦਾ ਜਿਹੜਾ ਸਹੀ ਅਨਸਰ ਆਏਗਾ ਜੀ ਆਪਸ਼ਨ ਸੀ ਹੈ ਜੀ ਹਰੀਸ਼ੇਨ ਸੋ ਬਹੁਤ ਸਾਨੂੰ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਮਿਲਦੀ ਹੈ ਜੀ ਸਮੁੰਦਰ ਗੁਪਤ ਕਾਲ ਦੀ ਇਲਾਹਾਬਾਦ ਦੇ ਸਤੰਭ ਤੋਂ ਔਰ ਉਹ ਜਿਹੜੀ ਉਸਦੇ ਲੇਖ ਦੀ ਰਚਨਾ ਕੀਤੀ ਹੈ ਉਹ ਕੀਤੀ ਹੈ ਜੀ ਹਰੀ ਸੈਨ ਜੀ ਅੱਗੇ ਆ ਜੀ ਕੁਐਸਚਨ ਨੰਬਰ ਆਪਣਾ 45 ਪੰਚਤੰਤਰ ਨਾਮੀ ਗ੍ਰੰਥ ਦੀ ਰਚਨਾ ਕੀਤੀ ਜੀ ਪੰਚਤੰਤਰ ਜਿਹੜਾ ਹੈ ਉਹ ਆਪਸ਼ਨ B ਸਹੀ ਆਊਗਾ ਜੀ ਵਿਸ਼ਨੂ ਸ਼ਰਮਾ ਜੀ ਸੋ ਇਹ ਵੀ ਗੁਪਤ ਕਾਲ ਦੀ ਮਹੱਤਵਪੂਰਨ ਦੇਣ ਹੈ ਜੀ ਪੰਚਤੰਤਰ ਔਰ ਇਹ ਸੰਸਕ੍ਰਿਤ ਕਥਾ ਸਹਿਤ ਦਾ ਇੱਕ ਅਮਰ ਰਤਨ ਜਿਹੜਾ ਮੰਨਿਆ ਜਾਂਦਾ ਹੈ ਔਰ ਵਿਸ਼ਵ ਸਾਹਿਤ ਉਤੇ ਜੋ ਅਦੁੱਤੀ ਪ੍ਰਭਾਵ ਪਿਆ ਉਸ ਦਾ ਅਨੁਮਾਨ ਜਿਹੜਾ ਆਪਾਂ ਇਸ ਗੱਲ ਤੋਂ ਲਗਾ ਸਕਦੇ ਹਾਂ ਕਿ ਪੰਜਾਬ ਤੋਂ ਵੱਧ ਪੁਸ਼ਾਵਾਂ ਦੇ ਵਿੱਚ ਜਿਹੜਾ ਹੈ ਇਸ ਗ੍ਰੰਥ ਦਾ ਪੰਚਤੰਤਰ ਦਾ ਅਨੁਵਾਦ ਹੋ ਚੁੱਕਾ ਹੈ ਔਰ ਬਾਈਬਲ ਨੂੰ ਛੱਡ ਕੇ ਸੰਸਾਰ ਦੇ ਕਿਸੇ ਵੀ ਹੋਰ ਪੁਸਤਕ ਦਾ ਇੰਨੀਆ ਪੁਸ਼ਾਵਾਂ ਦੇ ਵਿੱਚ ਅਨੁਵਾਦ ਨਹੀਂ ਹੋਇਆ। ਕੁਐਸਚਨ ਨੰਬਰ ਅੱਗੇ ਹੈ ਜੀ 46 ਚੰਦਰ ਵਿਆਕਰਨ ਦੀ ਰਚਨਾ ਕੀਤੀ ਤਾਂ ਇਹ ਕਿਤੀ ਸੀ ਜੀ অপਸ਼ਨ ਡੀ ਜੀ ਚੰਦਰ ਗੋਮੀ ਨੇ ਜੀ ਸੋ ਵਿਆਕਰਨ ਸੰਬੰਧੀ ਸਹਿਤ ਵੀ ਜਿਹੜਾ ਵਿਕਸਿਤ ਹੋਇਆ ਗੁਪਤ ਕਾਲ ਦੇ ਦੌਰਾਨ ਔਰ ਚੰਦਰ ਵਿਆਕਰਨ ਬੋਧੀ ਵਿਦਵਾਨ ਚੰਦਰ ਗੋਮੀ ਨੇ ਇਸ ਦੀ ਜਿਹੜੀ ਰਚਨਾ ਕੀਤੀ ਜੋ ਕਸ਼ਮੀਰ ਤਿੱਬਤ ਅੰਬਾਲ ਤੇ ਲੰਕਾ ਦੇ ਵਿੱਚ ਬਹੁਤ ਹਰਮਨ ਪਿਆਰੀ ਹੋਈ ਇਸ ਵਿਆਕਰਨ ਦਾ ਅਧਿਕਾਰ ਤਾਂ ਭਾਵੇਂ ਜਿਹੜੀ ਪਾਣਿਨੀ ਦੀ ਅਸ਼ਟ ਅਧਿਆਈ ਹੈ ਪਰ ਇਹ ਵੈਦਿਕ ਪਰੰਪਰਾਵਾਂ ਦੇ ਪ੍ਰਭਾਵ ਤੋਂ ਮੁਕਤ ਹੈ ਜੀ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 47 ਅਮਰ ਕੋਸ਼ ਗ੍ਰੰਥ ਦਾ ਰਚੇਤਾ ਹੈ ਤਾਂ ਇਸ ਦਾ ਜਿਹੜਾ ਰਚੇਤਾ ਹੈ ਜੀ অপਸ਼ਨ ਸੀ ਅਮਰ ਸਿੰਘ ਜੀ ਅਮਰ ਸਿੰਘ ਨੇ ਲਿਖਿਆ ਜੀ ਔਰ ਇਹ ਵੀ ਜਿਹੜਾ ਗੁਪਤ ਕਾਲ ਦਾ ਇੱਕ ਹੋਰ ਮਹੱਤਵਪੂਰਨ ਵਿਆਕਰਨ ਦੇ ਨਾਲ ਸੰਬੰਧਿਤ ਗ੍ਰੰਥ ਹੈ ਜੀ ਅਮਰ ਕੋਸ਼ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 48 7ਵੀਂ ਸਦੀ ਵਿੱਚ ਭਾਰਤ ਆਉਣ ਵਾਲੇ ਚੀਨੀ ਯਾਤਰੀਆਂ ਨੇ ਸੰਸਕ੍ਰਿਤ ਦਾ ਅਧਿਐਨ ਕਰਨ ਲਈ ਕਿਸ ਗ੍ਰੰਥ ਦੇ ਵਰਤੋਂ ਜਿਹੜੀ ਹੈ ਕੀਤੀ ਹੈ ਜੀ ਤਾਂ ਉਹਨਾਂ ਨੇ ਜਿਹੜੀ ਵਰਤੋਂ ਕੀਤੀ ਹੈ ਜਿਹੜੇ ਯਾਤਰੀ ਆਏ ਜਿਵੇਂ ਫਾਹੀਆਨ ਆਪਾਂ ਡਿਸਕਸ ਕੀਤਾ ਔਰ ਇਸ ਤੋਂ ਇਲਾਵਾ ਜਿਹੜਾ ਹੈ ਅ ਇਤ ਸੰਗ ਹਿਉਨ ਸੰਗ ਉਹਨਾਂ ਨੇ ਵਰਤੋਂ ਕੀਤੀ ਜੀ অপਸ਼ਨ ਬੀ ਵਾਕਿਆ ਦੀਯਦੀ ਵਾਕਿਆ ਯਦਦੀਏ ਜਿਹੜਾ ਨਾਮ ਦਾ ਗ੍ਰੰਥ ਹੈ ਉਹ ਜਿਹੜਾ ਹੈ ਉਸ ਦਾ ਕਰਤਾ ਹੈ ਭਰਤਰੀ ਹਰੀ ਔਰ ਇਸ ਦੇ ਵਿੱਚ ਜਿਹੜੀ ਉਸ ਨੇ ਟਿੱਪਣੀ ਕੀਤੀ ਹੈ ਪਤੰਜਲੀ ਦੇ ਮਹਾਭਾਸ਼ਿਆ గ్రంథ ਦੇ ਉੱਤੇ ਇੱਕ ਟਿੱਪਣੀ ਹੈ ਜੋ ਕੀਤੀ ਹੈ ਭਰਤਰੀ ਹਰੀ ਨੇ ਔਰ ਇਸ ਦੇ ਜਿਹੜਾ ਹੈ ਚੀਨੀ ਯਾਤਰੀਆਂ ਨੇ ਭਾਰਤ ਜਿਹੜੇ ਆਏ ਸੀ ਚੀਨੀ ਯਾਤਰੀ ਸੋ ਇਸ ਗ੍ਰੰਥ ਦੀ ਜਿਹੜਾ ਵਾਕਿਆ ਯਦੀ ਹੈ ਇਸ ਦੀ ਵਰਤੋਂ ਕੀਤੀ ਹੈ ਅਧਿਐਨ ਦੇ ਲਈ ਸੰਸਕ੍ਰਿਤ ਦੇ ਸਾਰੀ ਅਧਿਐਨ ਦੇ ਲਈ ਕੁਐਸਚਨ ਨੰਬਰ ਕਿਹਾ ਜੀ 49 ਗੁਪਤ ਕਾਲ ਸਮੇਂ ਵਿਦੇਸ਼ਾਂ ਤੋਂ ਆਯਾਤ ਆਯਾਤ ਦਾ ਮਤਲਬ ਹੁੰਦਾ ਹੈ ਜਾਂ ਦਰਾਮਦ ਦਾ ਮਤਲਬ ਹੁੰਦਾ ਜੋ ਚੀਜ਼ ਮੰਗਵਾਈ ਜਾਂਦੀ ਹੈ ਜੀ ਸੋ ਹੁੰਦਾ ਸੀ ਜੀ ਇਹਨਾਂ ਚੋਂ ਦੱਸਣਾ ਤਾਂ ਆਪਸ਼ਨ ਸੀ ਆਊਗਾ ਜੀ ਸੋਨਾ ਸੋਨਾ ਜਿਹੜਾ ਹੈ ਮੰਗਵਾਇਆ ਜਾਂਦਾ ਸੀ ਗੁਪਤ ਕਾਲ ਦੇ ਸਮੇਂ ਵਿਦੇਸ਼ਾਂ ਤੋਂ ਔਰ ਬਾਹਰ ਭੇਜਿਆ ਕੀ ਕੀ ਜਾਂਦਾ ਸੀ ਜਾਂ ਨਿਰਯਾਤ ਕੀ ਕੀਤਾ ਜਾਂਦਾ ਸੀ ਉਸੀ ਹੀਰੇ ਮੋਤੀ ਸੂਤੀ ਕਪੜਾ ਨੀਲ ਦਵਾਈਆਂ ਨਾਰੀਅਲ ਕੇਸਰ ਸੰਦਲ ਦੀ ਲੱਕੜੀ ਸੋ ਦੋ ਪਾਜੋ ਜੀ ਇੱਥੇ ਸੰਦਲ ਦੀ ਲੱਕੜੀ ਗਰਮ ਮਸਾਲੇ ਜਿਹੜੇ ਨੇ ਉਹ ਭੇਜੇ ਜਾਂਦੇ ਸੀ ਨਿਰਯਾਤ ਕੀਤੇ ਜਾਂਦੇ ਸੀ ਮੰਗਵਾਇਆ ਜਾਂਦਾ ਸੀ ਜਾਂ ਆਯਾਤ ਕੀਤਾ ਜਾਂਦਾ ਸੀ ਇੰਪੋਰਟ ਕੀਤਾ ਜਾਂਦਾ ਸੀ ਉਸੀ ਸੋਨਾ ਚਾਂਦੀ ਤੰਬਾ ਸ਼ੀਸ਼ਾ ਰੇਸ਼ਮ ਘੋੜੇ ਤੇ ਐਸ਼ੋ ਆਰਾਮ ਦਾ ਜਿਹੜਾ ਸਮਾਨ ਹੈ ਉਸਤੀਆਂ ਵਸਤੂਆਂ ਜਿਹੜੀਆਂ ਨੇ ਆਯਾਤ ਕੀਤੀਆਂ ਜਾਂਦੀਆਂ ਸੀ ਮੰਗਵਾਈਆਂ ਜਾਂਦੀਆਂ ਸੀ ਜੀ ਕੁਐਸਚਨ ਨੰਬਰ 50 ਜੇ ਗੁਪਤ ਸਾਮਰਾਜ ਦੇ ਪਤਨ ਦਾ ਪ੍ਰਮੁੱਖ ਕਾਰਨ ਕੀ ਸੀ ਤਾਂ ਇਸ ਦੇ ਵਿੱਚੋਂ ਜਿਹੜਾ ਆਨਸਰ ਆਊਗਾ ਜੀ অপਸ਼ਨ ਸੀ ਆਊਗਾ ਜੀ ਟੈਟ ਦੇ ਵਿੱਚ ਕੁਐਸਚਨ ਇਹ ਆ ਚੁੱਕਾ ਹੈ ਜੀ ਪੀਐਸ ਟੈਟ ਦੇ ਵਿੱਚ ਹੂਨਾਂ ਦੇ ਹਮਲਿਆਂ ਦੇ ਕਾਰਨ ਜਿਹੜਾ ਗੁਪਤ ਸਾਮਰਾਜ ਦਾ ਪਤਨ ਹੋਇਆ ਸੀ ਹੂਨ ਜਿਹੜੇ ਨੇ ਮੱਧ ਏਸ਼ੀਆ ਦੀ ਇੱਕ ਜੰਗਲੀ ਤੇ ਅਸੱਭਿਅਕ ਜਾਤੀ ਸੀ ਜੀ ਔਰ ਹੂਨਾਂ ਦਾ ਜਿਹੜਾ ਆਧ ਨਿਵਾਸ ਸਥਾਨ ਚੀਨ ਦੇ ਨੇੜੇ ਹੈ ਔਰ ਚੀਨੀ ਜ਼ਬਾਨ ਵਿੱਚ ਜਿਹੜਾ ਇਸ ਨੂੰ ਹੀਗੂਨ ਕਹਿੰਦੇ ਨੇ ਜੀ ਹੀਗੂਨ ਸੋ ਐਸੀ ਜੀ ਅੱਜ ਦੇ ਆਪਣੇ ਕੁਐਸਚਨ ਨੈਕਸਟ ਵੀਡੀਓ ਵਿੱਚ ਨੈਕਸਟ ਟੌਪਿਕ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਜੀ ਵੀਡੀਓ ਵਧੀਆ ਲੱਗੇ ਤਾਂ ਪਲੀਜ਼ ਸ਼ੇਅਰ ਲਾਈਕ ਜ਼ਰੂਰ ਕਰ ਦਿਓ ਔਰ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਔਰ ਇਸ ਦੇ ਨਾਲ ਹੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਕਿ ਆਪਸ਼ਨ ਜਿਹੜੀਆਂ ਬੋਲਣੀਆਂ ਜਾਣੀਆਂ ਚਾਹੀਦੀਆਂ ਨੇ ਜਾਂ ਨਹੀਂ ਬੋਲਣੀਆਂ ਚਾਹੀਦੀਆਂ ਕਿਉਂਕਿ ਬਹੁਤ ਸਾਰੇ ਵਿਦਿਆਰਥੀਆਂ ਦੇ ਕਮੈਂਟ ਆਉਣੇ ਚਾਹੀਦੇ ਆਉਂਦੇ ਨੇ ਕਿ ਟਾਈਮ ਸਮਾਂ ਥੋੜਾ ਇਸ ਕਰਕੇ ਆਪਸ਼ਨ ਜਿਹੜੀਆਂ ਨੇ ਨਾ ਬੋਲਣੀਆਂ ਜਾਣ ਜੇਕਰ ਆਪਸ਼ਨ ਨਹੀਂ ਬੁੱਲਿਆ ਜਾਣੀਆਂ ਤਾਂ ਮੇਰੇ ਖਿਆਲ ਚ ਸਿੰਗਲ ਲਾਈਨ ਕੁਐਸਚਨ ਆਪਾਂ ਕਰ ਲਈਏ ਤਾਂ ਉਹ ਵੀ ਵਧੀਆ ਹੈ ਇਹ ਵੀ ਜਰੂਰ ਦੱਸਦੇ ਹੋ ਕਿ ਸਿੰਗਲ ਲਾਈਨ ਕੁਐਸਚਨ ਆਪਾਂ ਸਟਾਰਟ ਕਰ ਲਈਏ ਸਿਰਫ ਕੁਐਸਚਨ ਔਰ ਉਸ ਦਾ ਆਨਸਰ ਕੋਈ ਵੀ ਆਪਸ਼ਨ ਜਿਹੜੀ ਨਾ ਲਿਖੀ ਜਾਵੇ ਉਸ ਦੇ ਨਾਲ ਵੀ ਆਪਣਾ ਜਿਹੜਾ ਕੰਮ ਹੈ ਉਹ ਜਲਦੀ ਹੋ ਜਾਊਗਾ ਵੈਸੇ ਜਿੰਨਾ ਚਿਰ ਆਪਾਂ ਆਪਸ਼ਨ ਨਹੀਂ ਲਿਖਦੇ ਤਾਂ ਆਪਾਂ ਨੂੰ ਆਪਸ਼ਨ ਜਿਹੜੀ ਚੂਜ਼ ਕਰਨ ਦੇ ਵਿੱਚ ਸਮੱਸਿਆ ਆਉਂਦੀ ਰਹੋਗੀ ਕਿਉਂਕਿ ਜਦੋਂ ਆਪਾਂ ਸਾਰੀਆਂ ਆਪਸ਼ਨਸ ਹੁੰਦੀਆਂ ਨੇ ਉਸ ਦੇ ਵਿੱਚੋਂ ਚੂਜ਼ ਕਰਨ ਦੇ ਨਾਲ ਜਿਹੜੀ ਆਪਣੀ ਪ੍ਰੈਕਟਿਸ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਔਰ ਬਹੁਤ ਅੱਛੀ ਹੋ ਜਾਂਦੀ ਬਟ ਜਿਹੜੀ एग्जाम ਦੇ ਵਿੱਚ ਫਿਰ ਉਸਤੇ ਨਾਲ ਕਿਸੇ ਵੀ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਹੈ ਉਹ ਨਹੀਂ ਆਉਂਦੀ ਜੀ ਸੋ ਇਸ ਦੇ ਸੰਬੰਧੀ ਜਿਹੜਾ ਆਪਣੀ رائے ਜ਼ਰੂਰ ਦਿੱਤੀ ਜਾਵੇ ਗਾਈਡ ਜ਼ਰੂਰ ਕੀਤਾ ਜਾਵੇ ਔਰ ਇਸ ਤੋਂ ਪਹਿਲਾਂ ਦੀ ਅਪਲੋਡ ਵੀਡੀਓ ਦੇ ਲਈ ਚੈਨਲ ਦੇ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਕਾਫੀ ਹੈਲਪਫੁਲ ਰਹਣੀ ਹੈ ਕਾਫੀ ਇਸੇ ਤਰ੍ਹਾਂ ਡਿਟੇਲ ਦੇ ਵਿੱਚ ਰਹੇ ਜੀ ਸੋ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਦਾ ਵੀਡੀਓ